ਕਾਬਾ ਸੀ ਕਿਬਲਾ ਨਹੀਂ ਸੀ। ਕਿਬਲਾ ਕਾਫ ਦੇ ਅਦਦ 100, ਬੇ ਦੇ 2, ਕਮਾਲ 102, ਲਾਮ ਦੇ 3 132, ਹੇ ਦੇ 5 137। ਇਹਦਾ ਮਤਲਬ ਕਿਬਲਾ ਦੇ ਅਦਦ ਨੇ 137। ਕਾਬੇ ਦੇ ਤੁਸੀਂ ਜਾਣਦੇ ਹੋ ਕਿੰਨੇ ਹੁੰਦੇ ਨੇ? 97। ਅੱਛਾ, ਕਾਬੇ ਚ ਆਇਆ ਕੌਣ ਹੈ? ਕਾਬੇ ਚ ਕੌਣ ਹੈ? ਨਹੀਂ ਬੋਲੇ, ਨਹੀਂ ਉੱਚੀ ਬੋਲੋ, ਕੌਣ ਆਇਆ ਕਾਬੇ ਚ? ਅਲੀ। ਅਲੀ ਹੁਣ ਅਲੀ ਵਿੱਚ ਪਹਿਲਾ ਰਫ ਐਨ, ਉਹ ਕਾਬੇ ਚ ਐਨ ਆ ਚੁੱਕੀ ਹੈ। ਅਸੂਲ ਹੈ ਜਿਹੜਾ ਰਫ ਆ ਚੁੱਕਿਆ ਉਹਨੂੰ ਛੱਡ ਦੇਈਦਾ, ਉਹ ਐਨ ਕਾਬੇ ਦੀ ਐਨ ਵਿੱਚ ਆ ਚੁੱਕੀ ਹੈ। ਪਿੱਛੇ ਰਹਿ ਗਿਆ ਲੀ, ਲਾਮ ਦੇ 30 ਤੇ ਯੇ ਦੇ 10, 40, 97 ਤੇ 40। ਨਹੀਂ ਮੈਂ ਹੁਣ ਫਿਕਰਾ ਲੱਗਾ ਬੋਲਣ, 97 ਤੇ 40 137। ਕਾਬੇ ਵਿੱਚ 13 ਪਾਈਏ ਤੇ ਨਤੀਜਾ ਅਲੀ, ਤੇ ਕਾਬੇ ਵਿੱਚ ਅਲੀ ਪਾਈਏ ਤੇ ਨਤੀਜਾ ਕਿਬਲਾ। ਨਹੀਂ, ਇੱਕ ਹੋਰ ਨੁਕਤਾ ਸੁਣ, ਫਿਰ ਇਹਨਾਂ ਨੂੰ ਇੱਕ ਕਹਾਣੀ ਸੁਣਾ ਕੇ ਗੱਲਾਂ। 29 ਸੂਰਤਾਂ ਨੇ ਜਿਨ੍ਹਾਂ ਦੇ ਸ਼ੁਰੂ ਵਿੱਚ ਹਰੂਫੇ ਮੁਕੱਤਾਤ ਨੇ, ਕਿਹੜੇ? ਅਲਫ ਲਾਮ ਮੀਮ, ਅਲਫ ਲਾਮ ਰਾ, ਅਲਫ ਲਾਮ ਮੀਮ ਰਾ, ਯਾਸੀਨ, ਨੂਨ, ਕਾਫ, ਕਾਫ ਹਾ ਯਾ ਐਨ ਸਵਾਦ, ਹਾ ਮੀਮ ਐਨ ਸੀਨ ਕਾਫ। ਸਮਝ ਰਹੇ ਹੋ ਕਿੰਨੀਆਂ ਸੂਰਤਾਂ ਚ? 29, 29 ਸੂਰਤਾਂ। ਅਗਰ ਇਹ ਹਰਫ ਸਾਰੇ ਇਕੱਠੇ ਕਰਕੇ ਇਹਨਾਂ ਵਿੱਚ ਜਿਹੜੇ ਬਾਰ ਬਾਰ ਆਉਣ ਵਾਲੇ ਨੂੰ ਛੱਡ ਦੇਈਏ ਤੇ ਕੁੱਲ ਹਰਫ ਬਣਦੇ ਨੇ 14। ਮੈਨੂੰ ਨਹੀਂ ਪਤਾ ਵੀ 14 ਕਿਉਂ, ਮੈਨੂੰ ਨਹੀਂ ਪਤਾ, ਇਹ ਮੈਨੂੰ ਨਹੀਂ ਇਲਮ। ਇਹ ਆਕਾਰੀ ਸਾਹਿਬ ਇਹਨਾਂ ਨੂੰ ਪੁੱਛਿਆ ਜੀ ਵੀ 14 ਕਿਉਂ ਨੇ? ਹੁਣ ਮੈਂ ਹਰਫ ਲੱਗਾਂਗੇ ਇਹਨਾਂ ਨੇ ਹਰੂਫੇ ਮੁਕੱਤਾਤ ਦੇ 14, ਤੇ ਤੂੰ ਗਿਣਤੀ ਕਰਦਾ ਜੀ ਵੀ 14 ਪੂਰੇ ਨੇ? ਸਵਾਦ ਰੇ ਅਲਫ ਤੋਏ ਐਨ ਲਾ ਯੇ ਵੱਡੀ ਹੈ ਕਾਫ ਦੋ ਨੁਕਤਿਆਂ ਵਾਲਾ, ਕਿੰਨੇ ਹੋ ਗਏ? 9, ਨੂਨ ਮੀਮ ਸੀਨ ਕਾਫ ਵੱਡਾ ਤੇ ਗੋਲ ਹੈ, ਕਿੰਨੇ ਹੋ ਗਏ? ਨਹੀਂ ਮੈਂ ਹੌਲੀ ਹੌਲੀ ਪੜ੍ਹਦਾ, ਭੁੱਲ ਨਹੀਂ ਮੈਂ ਗਿਆ, ਤਾਂ ਕਿ ਤੂੰ ਪੂਰੇ 14 ਕਰ ਲੈ। ਫਿਰ ਵੇਖ ਸਵਾਦ, ਇਹ ਰਿਕਾਰਡ ਹੋ ਰਿਹਾ, ਮੈਂ ਮੁੱਕਰ ਨਹੀਂ ਸਕਦਾ। ਕੁਰਾਨ ਹੈ ਜਿਹੜਾ, ਕੁਰਾਨ ਨਾਲ ਮਸਾਕ ਕਰੇ ਦੋਸਤ ਕੀ ਹੈ? ਸਵਾਦ ਰੇ ਅਲਫ ਤੋਏ ਐਨ ਲਾਮ ਯੇ ਵੱਡੀ ਹੈ ਕਾਫ ਦੋ ਨੁਕਤਿਆਂ ਵਾਲਾ, ਨੂਨ ਮੀਮ ਸੀਨ ਵੱਡਾ ਕਾਫ ਤੇ ਗੋਲ ਹੈ 14। ਇਹਨਾਂ 14 ਹਰਫਾਂ ਨੂੰ ਮਿਲਾਈਏ ਜਿਹੜੇ ਕੁਰਾਨ ਦੇ ਰੂਫੇ ਮੁਕੱਤਾਤ ਨੇ, ਇੱਕ ਇਬਾਰਤ ਬਣਦੀ ਹੈ ਜੇ ਕਹੋ ਤੇ ਪੜ੍ਹਾਓ। ਸਿਰਾਤ ਅਲੀ ਜਨ ਹੱਕ ਕੌਣ ਨਮਸੇ ਕੋ ਹੂ, ਅਲੀ ਦਾ ਰਾਈ ਹੱਕ, ਅਸੀਂ ਇਹਦੇ ਤੇ ਹੀ ਚੱਲਾਂਗੇ। ਆਓ ਤੁਸੀਂ ਅਲੀ ਅਲੀ ਕਿਹਾ ਤੇ ਮੇਰੇ ਕੋਲ ਸਟਾਕ ਕਿਹੜਾ ਮੁੱਕਣ ਲੱਗਾ? ਜੇ ਤੂੰ ਬਾਬੀ ਹੈ ਤੇ ਤਾਂ, ਜੇ ਤੂੰ ਦਿਓਬੰਦੀ ਹੈ ਤੇ ਤਾਂ, ਜੇ ਤੂੰ ਸ਼ੀਆ ਹੈ ਤੇ ਤਾਂ, ਜੇ ਤੂੰ ਸੁੰਨੀ ਹੈ ਤੇ ਤਾਂ, ਜੇ ਤੂੰ ਚਕੜਾਲਵੀ ਹੈ ਤੇ ਤਾਂ, ਜੇ ਤੂੰ ਮਰਜ਼ਈ ਹੈ ਤੇ ਤਾਂ, ਜੇ ਤੂੰ ਹਿੰਦੂ ਹੈ ਤੇ ਤਾਂ, ਜੇ ਤੂੰ ਸਿੱਖ ਹੈ ਤੇ ਤਾਂ, ਜੇ ਤੂੰ ਮਜੂਸੀ ਹੈ ਤੇ, ਜੋ ਬਲਾਮ ਹੀ ਹੈ ਆਪਣੇ ਨਾਂ ਦੇ ਅਦਦ ਕੱਢ, ਆਪਣੇ ਨਾਂ ਦੇ ਅਦਦ ਕੱਢ। ਜਿਹੜੇ ਅਦਦ ਆ ਜਾਂਦੇ, ਮੈਂ ਬਾਰ ਬਾਰ ਨਹੀਂ ਦੱਸਾਂ, ਰਿਕਾਰਡ ਹੋ ਰਿਹਾ, ਇਹਨੂੰ 12 ਨਾਲ ਜ਼ਰਬ ਦੇ ਕੇ ਇੱਕ ਜਮ੍ਹਾਂ ਕਰ, ਆਪਣੇ ਨਾਂ ਦੇ ਅਦਦ ਨੂੰ 12 ਨਾਲ ਜ਼ਰਬ ਦੇ ਵਿੱਚ ਇੱਕ ਜਮ੍ਹਾਂ ਕਰ, ਜਿਹੜਾ ਜਵਾਬ ਆਵੇ ਉਹਨੂੰ 5 ਨਾਲ ਜ਼ਰਬ ਦੇ ਕੇ 20 ਤੇ ਤਕਸੀਮ ਕਰ।
ਪੰਜ ਨਾਲ ਜ਼ਰਬ ਦੇ ਕੇ 20 ਤੇ ਤਕਸੀਮ ਕਰ, ਜਿਹੜਾ ਬਾਕੀ ਬਚੇ ਉਹਨੂੰ 22 ਨਾਲ ਜ਼ਰਬ ਦੇਈ 110। ਹੁਣ ਸਮਝ ਆਈ ਆ, ਹਰ ਕੂਚੇ ਹਰ ਨਗਰ ਨਗਰ ਹਰ ਗਲੀ ਗਲੀ, ਸਮਝ ਆਈ ਆ ਗੱਲ ਦੀ। ਕਾਸ਼ ਮੈਂ ਲਾਹੌਰ ਪੜਿਆ ਹੁੰਦਾ, ਇਹ ਮੇਰੇ ਨਾਲ ਬੱਚਾ ਹੁੰਦਾ, ਇਹਨੂੰ ਪੁੱਛ ਕਾਸ਼ ਮੈਂ ਗੁਜਰਾਂਵਾਲੇ ਜਾਂ ਸ਼ੇਖਪੁਰੇ ਪੜਿਆ ਹੁੰਦਾ ਵੱਡਿਆਂ ਸ਼ਹਿਰਾਂ 'ਚ, ਤੇ ਉਹ ਕਦਰ ਕਰਦੇ ਇਹਦੀ। ਆ ਮੈਂ ਤਾਂ ਦੱਸਾਂ ਜਾਂ ਜਨਾ ਮੌਲਾ, ਕਾਇਨਾਤ ਆਪਣੀ ਮਾਂ ਦੀ ਗੋਦ ਵਿੱਚ ਆਏ, ਕਾਇਨਾਤ ਦਾ ਨਬੀ ਗਾਰੇ ਹੀਰਾ ਚੱਲਾ ਅੱਲਾ ਪਿਆ ਕਰਦਾ। ਬਸ ਜ਼ਿਆਦਾ ਜ਼ਿਆਦਾ ਮੈਂ 10 ਮਿੰਟ ਹੋਰ ਬੋਲਣਾ। ਮੈਂ ਕਿਹਾ ਤਵੱਜੋ ਨਾਲ ਮੇਰੀ ਗੱਲ ਸੁਣ, ਗੌਰ ਦੇ ਨਾਲ। ਰੱਬੁਲ ਆਲਮੀਨ ਨੇ ਵਹੀ ਕੀਤੀ, ਫਰਮਾਇਆ ਮੇਰਾ ਮਹਿਬੂਬ ਇਹ ਤੇਰਾ ਵੀਰ ਬੜਾ ਨਖਰੇ ਵਾਲੇ, ਜਿੰਨਾ ਚਿਰ ਤੂੰ ਜਾਏ ਨਾ। 13 ਰਜਬ ਟੁਰ ਗਈ, 14 ਰਜਬ ਟੁਰ ਗਈ, 15 ਰਜਬ ਟੁਰ ਗਈ, 3 ਦਿਨ ਗੁਜ਼ਰੇ ਨੇ ਚਾਚੀ ਅੰਦਰ। ਅਰਬੀ ਲੋਕ ਥੋੜੇ ਲੈ ਕੇ ਤਾਲੇ ਤਰੋੜਨ ਡਏ ਨੇ, ਤਾਲੇ ਟੁੱਟਦੇ ਨਹੀਂ। ਪਾਕ ਨਬੀ ਆਏ, ਅਰਬੀਆਂ ਦੀ ਨਜ਼ਰ ਪਿਓ ਨੇ ਕਿਹਾ ਜਾ ਸਾਦੇ ਗੋਵਲ ਅਮੀਨ, ਐ ਲੋਕੋ ਰਾਤ ਦਿਓ ਸਾਦਕ ਆ ਗਿਆ, ਅਮੀਨ ਆ ਗਿਆ। ਲੋਕੀ ਕਹਿਣ ਲੱਗੇ ਯਾ ਮੁਹੰਮਦ ਸੱਲਾ ਸੱਲ, ਇਹ ਤੇਰੀ ਚਾਚੀ ਅੰਦਰ ਏ, ਤਾਲਾ ਟੁੱਟਦਾ ਨਹੀਂ, ਪਤਾ ਨਹੀਂ ਅੰਦਰ ਕੀ ਬਣਿਆ। ਮੇਰੇ ਨਬੀ ਨੇ ਕਿਹਾ ਜ਼ਰਾ ਹਟੋ, ਮੈਂ ਵੀ ਵੇਖਾਂ ਉਹ ਤਾਲਾ ਕਿਹੜਾ ਜਿਹੜਾ ਟੁੱਟਦਾ ਨਹੀਂ। ਜਦ ਕਾਇਨਾਤ ਦੇ ਨਬੀ ਦੀ ਨਜ਼ਰ ਪਈ ਤਾਲੇ ਤੇ, ਅਜੇ ਨਬੂਵਤ ਦਾ ਐਲਾਨ ਨਜ਼ਰ ਪਈ ਤਾਲੇ ਤੇ, ਮੁਸਕਰਾ ਕੇ ਮੇਰੇ ਨਬੀ ਨੇ ਫਰਮਾਇਆ ਟੁੱਟਦਾ ਕਿਉਂ ਨਹੀਂ, ਤਾਲੇ ਚੋਂ ਆਵਾਜ਼ ਆਈ, ਕਾਇਨਾਤ ਦੇ ਨਬੀ ਇਹ ਮੈਨੂੰ ਲੋਹੇ ਦੀਆਂ ਚਾਬੀਆਂ ਲਾਉਂਦੇ ਨੇ, ਇਹ ਮੈਨੂੰ ਲੋਹੇ ਦੀਆਂ ਚਾਬੀਆਂ ਲਾਉਂਦੇ ਨੇ, ਸੁਣਿਆ ਮੈਂ ਖੁੱਲਦਾ ਨਹੀਂ, ਤੂੰ ਮਾਂ ਦਾਗ ਦੀ ਅੱਖ ਦੀ ਨਜ਼ਰ ਲਾ, ਮੈਂ ਟੁੱਟ ਕੇ ਪੈਰ ਚੁੰਮ। ਥੱਕਿਆ ਟੁਰ ਗਿਆ, ਤਾਲਾ ਟੁੱਟਿਆ, ਧਿਆਨ ਮੇਰਾ ਲੱਗਿਆ, ਤਾਲਾ ਟੁੱਟਿਆ। ਅਲੀ ਪੜ੍ਹੇਗਾ ਵੀ ਤਾਂ ਸਹੀ ਹੈ ਨਾ, ਦੂਜਿਆਂ ਨੇ ਕੀ ਪੜ੍ਹਨਾ। ਤਾਲਾ ਟੁੱਟਿਆ, ਮਾਂ ਨੇ ਆਪਣੇ ਹੱਥਾਂ ਤੇ ਅਲੀ ਨੂੰ ਰੇਖ ਲੇ, ਫਾਤਮਾ ਬਿੰਤੇ ਅਸਦ ਤੇ ਮੁਸਫੇ ਵਲਾਏ ਤੇ ਪੜ੍ਹਿਆ, ਰੇਖ ਲੇ ਫਾਤਮਾ ਬਿੰਤੇ ਅਸਦ ਤੇ ਮੁਸਫੇ ਵਲਾਏ ਤੇ, ਇੰਜ ਆਈ ਚਾਚੀ ਦਰਵਾਜ਼ੇ 'ਚ ਅੱਗੇ ਨਬੀ ਕਾਇਨਾਤ ਦਾ ਸਮਾਨ ਲੱਗ, 30 ਸਾਲ ਉਮਰ ਮੇਰੇ ਨਬੀ ਦੀ ਏ, 3 ਦਿਨ ਉਮਰ ਸਮਾਨ ਲੱਗ ਗਿਆ ਅਲੀ ਦੀ ਏ। ਜਨਾਬੇ ਫਾਤਮਾ ਬਿੰਦੇ ਅਸਦ ਨੂੰ ਮੁਬਾਰਕ ਦਿੱਤੀ ਮੇਰੇ ਨਬੀ ਨੇ, ਚਾਚੀ ਮੁਬਾਰਕ ਹੋ ਵੀ। ਉਹਨੇ ਕਿਹਾ ਮੇਰਾ ਲਾਲ ਕਾਦੀ ਬੱਚਾ ਡਾਡਾ ਸੋਹਣੇ, 3 ਦਿਨ ਗੁਜ਼ਰ ਗਏ, ਨਾ ਅੱਖ ਖੋਲਦੇ ਨਾ ਖੀਰ ਪੀਂਦੇ, ਨਾ ਅੱਖ ਖੋਲਦੇ ਨਾ ਖੀਰ ਪੀਂਦਾ ਨਾ ਦੁੱਧ ਪੀਂਦਾ। ਜਨਾਬੇ ਪਾਕ ਨਬੀ ਨੇ ਫਰਮਾਇਆ ਵੀਰ ਹੋਵੇ ਮੁਹੰਮਦ ਦਾ, ਅੱਖ ਤੋਂ ਅੰਨਾ ਹੋਵੇ। ਸੁਭਾਨ ਅੱਲਾਹ ਦੇ ਗਏ, ਵੀਰ ਹੋਵੇ ਮੇਰਾ, ਬੋਲੋ ਰਦਰੂ ਥੋੜਾ ਨਬੀ ਦਾ, ਇਹ ਕੋਈ ਸੁਭਾਨ ਅੱਲਾਹ ਗੱਲ। ਨਬੀ ਨੇ ਆਪਣੇ ਹੱਥਾਂ ਤੇ ਲਿਆ, ਨਬੀ ਨੇ ਬੋਲੋ ਸਹੀ ਸਵਾਲ ਲਾ ਗਈ। ਹਾਂ, ਦਿਲ ਦਾ ਸ਼ੀਸ਼ਾ ਸਾਫ ਜਾ ਕਰ, ਇਹ ਕੋਈ ਸਵਾਲ ਲਾ ਗਈ। ਦਿਲ ਦਾ ਸ਼ੀਸ਼ਾ
ਸਾਫ ਜਾ ਕਰ ਬਣ ਨੌਕਰ ਪੰਜਾਬਾਰਾਂ ਦਾ ਦਿਲ ਦਾ ਸ਼ੀਸ਼ਾ ਸਮਾਨ ਲੱਗਾ ਸਰ ਸਮਾਨ ਆਹ ਸਮਾਨ ਲੱਗਾ ਦਿਲ ਦਾ ਸ਼ੀਸ਼ਾ ਸਾਫ ਜਾ ਕਰ ਬਣ ਨੌਕਰ ਪੰਜਾ ਜਿਹੜੇ ਨੌਕਰ ਪੰਜਾਂ ਦੇ ਉਹਦੇ ਪੜੋ ਦਿਲ ਦਾ ਸ਼ੀਸ਼ਾ ਸਾਫ ਜਾ ਕਰ ਪੜਿਆ ਨੀ ਜੀ ਦਿਲ ਦਾ ਸ਼ੀਸ਼ਾ ਸਾਫ ਜਾ ਕਰ ਬਣ ਨੌਕਰ ਪੰਜਾ ਬਾਰਾ ਦਾ ਦਿਲ ਦਾ ਸ਼ੀਸ਼ਾ ਮੇਰੇ ਨਬੀ ਦੇ ਮੋਢਿਆਂ ਤੇ ਹੁਸੈਨ ਨੇ ਅੱਗੇ ਸਦੀਕ ਅਕਬਰ ਖੜੇ ਨੇ ਆਪਨੇ ਫਰਮਾਇਆ ਨਿਰਮਲ ਮਰਕਬ ਕਿੱਡੀ ਸੋਹਣੀ ਸਵਾਰੀ ਹੈ ਸੁਣਿਆ ਤੁਸਾਂ ਮੇਰੇ ਨਬੀ ਨੇ ਕਿਹਾ ਨਿਰਮਲ ਰਾਕਬ ਸਵਾਰ ਵੀ ਤੇ ਸੋਹਣੇ ਨੇ ਇਹ ਹੁਣ ਮੈਂ ਇਹਨੂੰ ਸ਼ੇਰਾਂ ਚ ਲੱਗਾ ਆਪਣੇ ਦਿਲ ਦਾ ਸ਼ੀਸ਼ਾ ਬਣ ਨੌਕਰ ਪੰਜਾ ਦਿਲ ਤੇਰੇ ਵਿੱਚ ਖੂਬ ਖਿਆਲ ਹੈ ਆ ਤੈਨੂੰ ਸਮਝਦਾ ਕਿਹਨੂੰ ਕਹਿੰਦੇ ਨੇ ਸਤੀਕਿਆ ਕਰਨ ਦਿਲ ਤੇਰੇ ਵਿੱਚ ਖੂਬ ਖਿਆਲ ਹੈ ਆ ਤੈਨੂੰ ਸਮਝਦਾ ਹਾਂ ਹੁਕਮ ਖੁਦਾ ਦਾ ਆਉਂਦਾ ਏ ਤੇ ਤਾਂ ਹਸਨੈਨ ਨੂੰ ਚਾਹੁੰਦਾ ਦਿਲ ਤੇਰੇ ਵਿੱਚ ਖੂਬ ਤੁਹਾਡੇ ਸਾਹਮਣੇ ਮੈਂ ਕੀ ਪੜਾਂ ਦਿਲ ਤੇਰੇ ਵਿੱਚ ਖੂਬ ਖਿਆਲ ਆ ਤੈਨੂੰ ਸਮਝਦਾ ਹਾਂ ਹੁਕਮ ਖੁਦਾ ਦਾ ਆਉਂਦਾ ਏ ਤੇ ਤਾਂ ਹਸਨੈਨ ਨੂੰ ਚਾਹੁੰਦਾ ਹਾਂ ਤੂੰ ਆਨੇ ਅਸਵਾਰੀ ਅਫਜ਼ਲ ਰੁਤਬਾ ਵੇਖ ਸਵਾਰਾਂ ਦਾ ਮੈਂ ਮੁਹੰਮਦ ਕੋੜਾ ਬਣਿਆ ਜੰਨਤ ਦੇ ਸਰਦਾ ਜਿਹੜੇ ਆਉਂਦੇ ਖਾਸ ਮਵਾਲੀ ਅਲੀ ਨੂੰ ਮੱਲਣ ਵਾਲੇ ਜਿਹੜੇ ਹੁੰਦੇ ਖਾ ਮੈਂ 35 ਸਾਲ ਤੋਂ ਬਾਅਦ ਸ਼ੇਰ ਪੜ੍ਹਨ ਲੱਗਾ ਜਿਹੜੇ ਹੁੰਦੇ ਖਾਸ ਮਵਾਲੀ ਉਹ ਮਰਨੋ ਮੂਲ ਨਾ ਡਰਦੇ ਨੇ ਮਲਕਲ ਮੌਤ ਨੂੰ ਵੇਖ ਕਿਉਂ ਤੇ ਹੈਦਰ ਹੈ ਜਿਹੜੇ ਹੁੰਦੇ ਖਾਸ ਮਵਾਲੀ ਹੱਥ ਖੜੇ ਕਰੋ ਮੰਨਣ ਵਾਲੇ ਉਹ ਮਰਨੋ ਮੂਲ ਨਾ ਡਰਦੇ ਨੇ ਮਲਕਲ ਮੌਤ ਨੂੰ ਵੇਖ ਕੇ ਹੈਦਰ ਕਰਦੇ ਸੂਲੀ ਚੜਦੇ ਮੂਲ ਨਾ ਡਰਦੇ ਫਰਕ ਹੋ ਹੁਬਦਾਰਾਂ ਦਾ ਉਹ ਦਿਲ ਦਾ ਸ਼ੀਸ਼ਾ ਸਾਫ ਜਾ ਕਰ ਬਣ ਨੌਕਰ ਬਣ ਮੇਰੇ ਨਬੀ ਨੇ ਆਪਣੀ ਗੋਦ ਚ ਲਿਆ ਲਈ ਨੂੰ ਸਮਾਨ ਲਗਾ ਇੰਜ ਗੋਦ ਚ ਲੈ ਕੇ ਅਲੀ ਨੇ ਅੱਖ ਖੋਲੀ ਫਰਮਾਇਆ ਪਹਿਲਾਂ ਕਿਉਂ ਨਹੀਂ ਸੀ ਖੋਲੀ ਬੜਾ ਮਚਲੇ ਇਹ ਨਬੀ ਕਹਿ ਸਕਦੇ ਫਰਮਾਇਆ ਵਾਦਾ ਕਰਕੇ ਆਇਆ ਸਾਂ ਆਉਣਾ ਤੇਰੇ ਘਰ ਚ ਵੇਖਣਾ ਤੇਰੇ ਯਾਰ ਨੂੰ ਇਹ ਮੇਰੇ ਬੇਟਾ ਮੁਹੰਮਦ ਇਹਨੇ ਦੁੱਧ ਵੀ ਨਹੀਂ ਪੀਤਾ ਯੁੱਧ ਲੀ ਲਿਸਾਨ ਉਫੀ ਫੰਮੇ ਜਿਵੇਂ ਚਿੜੀ ਦਾ ਬੋਰਡ ਜ਼ਬਾਨ ਖੋਲਦਾ ਨਾ ਅਲੀ ਨੇ ਇੰਜ ਮੂੰਹ ਖੋਲਿਆ ਜ਼ਬਾਨ ਮੁਸਤਫਾ ਨੇ ਮਾ ਜੰਤਕ ਦੀ ਵਿੱਚ ਪਾਈ
ਯਮਸੋ ਮਸਨ ਹੱਥਾ ਰਾਵਿਆ ਵਾ ਛਾਵਿਆ, ਅਲੀ ਚੂਸਣ ਲੱਗ ਪਿਆ, ਚੂਸਦਾ ਚੂਸਦਾ ਰੱਜ ਗਿਆ। ਇੱਕ ਮੈਂ ਫਿਕਰਾਂ ਲੱਗਾ ਪੜਨ, ਜੇ ਪਚਾ ਲਓ ਤੇ ਸਿਰਫ ਪੂਰੀ ਜ਼ਿੰਦਗੀ ਵਿੱਚ ਅਲੀ ਨੇ ਇੱਕ ਵਾਰੀ ਮੇਰੇ ਨਬੀ ਦੀ ਜ਼ਬਾਨ ਚੂਸੀ ਹੈ ਕਾਬੇ ਦੇ ਦਰਵਾਜ਼ੇ ਤੇ ਇੱਕ ਵਾਰੀ, ਤੇ ਦੁਨੀਆਂ ਨੂੰ ਵਕਤ ਪਾ ਕੇ ਕਹਿੰਦਾ ਸਲੋਨੀ ਸਲੋਨੀ ਪੁੱਛੋ ਅੰਮਾ ਦੂਨ ਅਰਸ਼, ਜ਼ਮੀਨ ਛੱਡੋ ਅਰਸ਼ ਤੋਂ ਅੱਗੇ ਦੀਆਂ ਪੁੱਛੋ ਪੁੱਛੋ ਪੁੱਛੋ, ਜਿਹਨੇ ਇੱਕ ਵਾਰੀ ਚੂਸੀ ਏ ਉਹ ਵਕਤ ਪਾਈ ਬੈਠਾ ਹੈ, ਹੁਸੈਨ ਨੇ 2 ਸਾਲ ਚੂਸੀ ਏ। ਅੱਜ ਹੀ ਤੇ ਮੌਕਾ ਮਿਲਿਆ ਪੜਨ ਦਾ, ਮੌਕਾ ਮਿਲਿਆ ਅੱਜ ਪਹਿਲੀ ਵਾਰੀ ਫਤਮੇ ਵਾਲਿਆਂ ਤੋਂ ਬਚੇ ਹਾਂ। ਜਿਹਨੇ ਇੱਕ ਵਾਰੀ ਚੂਸੀ ਏ ਉਹ ਵਕਤ ਪਾਈ ਖਲੋਤਾ ਹੈ, ਤੇ ਜਿਹਨੇ 2 ਸਾਲ ਚੂਸੀ ਉਹ ਹੁਸੈਨ ਨਾ ਬਣਦਾ ਤੇ ਕੀ ਬਣਦਾ। ਮੇਰਾ ਇੱਕ ਕੇਸਟ ਨਵਾਂ ਆ ਰਿਹਾ, ਇਨਸ਼ਾਅੱਲਾ ਪਤਾ ਨਹੀਂ ਉਹ ਕਿਹਦੇ ਮੁਕੱਦਰੇ 'ਚ ਹੋਏਗਾ, ਮੈਂ ਕਿੱਥੇ ਰਿਕਾਰਡ ਕਰਾਵਾਂਗਾ, ਔਰ ਉਹਦਾ ਉਨਵਾਨ ਹੈ, ਤੈਨੂੰ ਉਨਵਾਨ ਸੁਣ ਕੇ ਤੂੰ ਖੇਡ ਦਿਆਂਗਾ। 2 ਮੌਜ਼ੂ ਨੇ ਜਿਹੜੇ ਆ ਰਹੇ ਨੇ ਮਾਰਕੀਟ, ਨਾ ਪੂਛ ਮੇਰਾ ਹੁਸੈਨ ਕਿਆ ਹੈ, ਨਾ ਪੂਛ ਮੇਰਾ ਹੁਸੈਨ ਕਿਆ ਹੈ। ਅਗਰ ਕਵੇਂ ਤੂੰ ਟੇਲਰੀ 'ਚੋਂ ਇੱਕ ਸੁਣਾਵਾਂ ਤਾਂ ਕਿ ਤੈਨੂੰ ਪਤਾ ਲੱਗੇ ਖੋਰੇ ਬਾਕੀ ਕੀ ਹੋਣੀ ਹੈ, ਖੋਰੇ ਝਲਕ, ਔਰ ਇਹ ਤੈਨੂੰ ਇਸੇ ਦੁਕਾਨ ਤੋਂ ਲੱਭੇਗੀ। ਅਲੀ ਦੀ ਗੋਦ 'ਚ ਹੁਸੈਨ, ਪਿਓ ਵੇਖ ਕੀ ਏ, ਬੇਟਾ ਵੇਖ ਅੱਗੋ ਕੀ ਏ, ਬਾਪ ਨਾਲੋਂ ਸਵਾਇਆ ਹੀ। ਅਲੀ ਚੁੰਮੀ ਜਾਂਦੇ ਨੇ, ਥੱਕਦੇ ਨਹੀਂ। ਇਹਨੀ ਦੇ ਨੂੰ ਸਲਮਾਨ ਫਾਰਸੀ ਆ ਗਿਆ 450 ਸਾਲ ਦੀ ਉਮਰ ਦਾ, ਰਜ਼ੀ ਅੱਲਾਹ ਤਾਲਾ ਨੂੰ ਵੇਖ ਕੇ ਖੁਸ਼ ਪਾਉਂਦਾ, ਇੰਨੀਆਂ ਚੁੰਮੀਆਂ, ਇੰਨਾ ਪਿਆਰ। ਫਿਕਰਾ ਤੁਹਾਡੇ ਲਈ, ਤੇ ਤੁਸੀਂ ਦੋਨਾਂ ਖੜਿਆ ਹੋਣਾ ਸੁਣ ਕੇ, ਕਿਉਂਕਿ ਮੈਂ ਜੁਮਲਾ ਤੁਹਾਡੇ ਲਈ ਟੇਲਰ ਉਹਦੇ 'ਚੋਂ ਇੰਨਾ ਕੁ ਲੱਗਾ ਪੜਨ। ਜਦੋਂ ਸਾਹ ਲੈ ਕੇ ਲਿਓ ਤਾਂ ਹੋਏ ਨਾ, ਤੇ ਸਲਮਾਨ ਫਾਰਸੀ ਕਹਿਣਗੇ ਮੌਲਾ ਇਹ ਕੀ ਏ, ਫਰਮਾ ਲਾ ਤਸ ਅਲਨੀ ਅਨ ਹੁਸੈਨ, ਨਾ ਪੁੱਛ ਅਜੇ ਨਹੀਂ ਅਜੇ ਨਹੀਂ, ਨਾ ਪੁੱਛ ਮੇਰਾ ਹੁਸੈਨ ਇਹ ਕੌਣ ਪਿਆਂਦਾ ਜਿਹੜਾ ਆਪ ਅਲੀ ਏ, ਇਹ ਕੌਣ ਪਿਆਂਦਾ ਜਿਹੜਾ ਆਪ ਅਲੀ ਏ, ਉਹ ਪਿਆਂਦਾ ਨਾ ਪੁੱਛ ਮੇਰਾ ਹੁਸੈਨ ਕਿਆ ਹੈ। ਸਲਮਾਨ ਨੇ ਕਿਉਂ ਦੇ, ਮੈਂ ਪੁੱਛਾਂਗਾ ਦੱਸੋ, ਇੰਨਾ ਹੂ ਜ਼ਖੀਰਾ ਤੋਂ ਆਹਲੇ ਬੈਦੀ, ਇਹ ਸਾਡੀ ਆਲੇ ਮੁਹੰਮਦ ਦਾ ਜ਼ਖੀਰਾ ਹੈ। ਨਹੀਂ ਅਜੇ ਨਹੀਂ ਅਜੇ ਨਹੀਂ ਅਜੇ ਨਹੀਂ, ਸਲਮਾਨ ਨੇ ਕਿਹਾ ਮੈਨੂੰ ਸਮਝ ਨਹੀਂ ਆਈ, ਸਮਝ ਨਹੀਂ ਆਈ ਕਿਵੇਂ। ਫਰਮਾਇਆ ਇਹ ਕਿਆਮਤ ਵਾਲੇ ਦਿਨ ਅਸਾਂ ਆਲੇ ਮੁਹੰਮਦ ਦਾ ਜ਼ਖੀਰਾ ਹੈ। ਉਹਨਾਂ ਕਿਹਾ ਸਮਝੀ ਨਹੀਂ ਆਈ, ਜਿਵੇਂ ਤੁਹਾਨੂੰ ਨਹੀਂ ਆਈ, ਨਹੀਂ ਆਈ ਤੇ ਕਹੋ ਨਹੀਂ ਆਈ। ਸਲਮਾਨ ਨੂੰ ਅਲੀ ਕਹਿਣ ਲੱਗੇ, ਹੋ ਸਕਦਾ ਹੈ ਕੋਈ ਇਹੋ ਜਿਹਾ ਸਾਡਾ ਗੁਨਾਹਗਾਰ ਮਵਾਲੀ ਆ ਜਾਏ ਕਿ ਰੱਬ ਦੀ ਰਹਿਮਤ ਉਹਦੇ ਤੋਂ ਮੂੰਹ ਮੋੜ ਲੈ, ਉਸ ਵੇਲੇ ਹੁਸੈਨ ਪੇਸ਼ ਕਰਾਂਗੇ। ਜਿਹਦੇ ਤੋਂ ਅਲੀ ਦੇ ਸਾਹਮਣੇ ਰੱਬ ਦੀ ਰਹਿਮਤ ਵੀ ਮੂੰਹ ਮੋੜ ਜਾਏ, ਉੱਥੇ ਹੁਸੈਨ ਕੰਮ ਆਉਂਦਾ। ਮੈਂ ਹੁਸੈਨ ਨਹੀਂ ਪੜਨਾ, ਮੈਂ ਪੜ ਹੋਰ ਰਿਹਾ। ਆ ਮੈਂ ਤੈਨੂੰ ਦੱਸਾਂ, ਜਾਂ ਤੂੰ ਆਪਣੇ ਆਪਣਾ ਲੋ ਆਵੇਦਨ, ਆਖਰੀ ਗੱਲ, ਔਰ ਮੈਂ ਗਿਆ ਚੁਸਾਇਆ। ਇਹ ਅਜੇ ਬੂਹੇ 'ਚ ਖੜੋਤੇ ਨੇ, ਕਿਹੜੇ ਬੂਹੇ 'ਚ, ਕਾਬੇ ਦੇ 'ਚ। ਕੌਣ? ਨਬੀ, ਚਾਚੀ, ਅਲੀ, ਕਿੰਨੇ ਯਾਰ ਲੈਣ ਤੌਫੀਕ ਦੀ ਬੋਲਣ ਦੀ, ਕਿੰਨੇ ਨੇ? 3, ਨਬੀ, ਅਲੀ, ਚਾਚੀ। ਇੰਨੀ ਦੇਰ ਨੂੰ ਉਹ ਆ ਜਿਹੜਾ ਜ਼ਮਾਨੇ ਦਾ ਕੁੱਤਾ ਹੈ,
ਅਬੂ ਜਾਲ, ਅਬੂ ਜਾਲ ਇਹਦਾ ਰਿਵਾਜ ਸੀ। ਜਿਹੜਾ ਬੱਚਾ ਕਾਬੇ 'ਚ ਜੰਮਦਾ ਨਾ 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 ਯਾਨੀ ਜਿਹੜੇ ਬੱਚੇ ਨੂੰ ਸਲਾਮ ਕਰਨ ਉਹਦੀ ਮਾਂ ਕਾਬੇ 'ਚ ਲਿਆਉਂਦੀ, ਇਹ ਕੀ ਕਰਦਾ, ਇਹ ਹੁਬਲ ਬੁੱਤ ਸੀ ਸਾਰਿਆਂ ਨਾਲੋਂ ਵੱਡਾ, ਉਹਦੇ ਪੈਰਾਂ ਦੀ ਬੇਟੀ ਚੁੱਕ ਲੈਂਦਾ ਖੱਬੇ ਹੱਥ 'ਚ, ਸੱਜੇ ਹੱਥ 'ਚ ਸੁਰਮਚੂ ਲੈ, ਸੁਰਮਚੂ ਸਮਝ ਸਲਾਈ, ਇਹ ਲੈ ਲੈਂਦਾ ਤੇ ਇੱਕ ਵਾਰੀ ਥੁੱਕ ਲਾ ਕੇ ਬੁੱਤ ਦੇ ਪੈਰਾਂ ਦੀ ਮਿੱਟੀ ਉਹਦੀਆਂ ਸੱਜੀਆਂ ਅੱਖਾਂ 'ਚ ਪਾਉਂਦਾ, ਇੱਕ ਵਾਰੀ ਥੁੱਕ ਲਾ ਕੇ ਖੱਬੀ ਅੱਖ 'ਚ ਪਾਉਂਦਾ ਤੇ ਉਹਨੂੰ ਕਹਿੰਦਾ ਕੱਢ 100 ਰੁਪਇਆ। ਕਮਾ ਲਏ, ਤੁਹਾਡੇ ਮੌਲ ਵੀ ਸੀ ਇਹ ਕਾਬੇ ਦਾ, ਕੌਣ ਅਬੂ ਚਾਲ, ਤੁਹਾਡੀ ਸਮਝ ਨਹੀਂ ਆਈ। ਜਿਹੜੀ ਮਾਂ ਆਪਣੇ ਬੱਚੇ ਨੂੰ ਕਾਬੇ ਦਾ ਸਲਾਮ ਕਰਾਉਣ ਲਿਆਉਂਦੀ, ਇਹ ਹੁਬਲ ਬੁੱਤ ਦੇ ਪੈਰਾਂ ਦੀ ਮਿੱਟੀ ਲੈ ਆਉਂਦਾ ਖੱਬੇ ਹੱਥ 'ਚ, ਸੱਜੇ ਹੱਥ 'ਚ ਸੁਰਮ ਝੂੰਦਾ, ਇੰਝ ਥੁੱਕ ਲਾ ਕੇ ਉਹ ਮਿੱਟੀ ਬੁੱਤ ਦੇ ਪੈਰਾਂ ਦੀ ਪਾ ਕੇ, ਇੱਕ ਵਾਰੀ ਉਸ ਬੱਚੇ ਦੀ ਸੱਜੀ ਅੱਖ 'ਚ ਇੱਕ ਸਲਾਈ, ਇੱਕ ਖੱਬੀ 'ਚ ਬਰਕਤ ਲਈ, ਤੇ ਕਹਿੰਦਾ ਕੱਢ 100, ਇਹਨੂੰ ਤਕਦੀਰ ਘੇਰ ਕੇ ਅਲੀ ਕੋਲ ਲੈ ਆਈ। ਇਹਨੂੰ ਤਕਦੀਰ ਘੇਰ ਕੇ ਅਲੀ ਆ ਲੈ ਆਈ, ਤੇ ਬੱਚਾ ਹੁਣ ਆਪਣੀ ਅੰਮੀ ਦੀ ਗੋਦ 'ਚ, ਭਰਜਾਈ ਉਹਨੇ ਕਿਹਾ ਕੀ ਗੱਲ ਈ, ਇਹਨੂੰ ਪਾਲ ਲੰਮਿਆਂ ਬੂਹੇ ਤੇ, ਤੇ ਕੱਢ 100 ਮੈਂ ਲੱਗਾ ਸੁਰਮਚੂ ਪਾਣ। ਹੁਣ ਬੀਬੀ ਨੇ ਵੇਖਿਆ ਵੀ ਬੁੱਤ ਦੇ ਪੈਰਾਂ ਦੀ ਮਿੱਟੀ ਤੇ ਅਲੀ, ਅਜੇ ਤੇ ਨਬੂਵਤ ਦਾ ਐਲਾਨ ਹੀ ਨਹੀਂ, ਅਜੇ ਤਾਂ 10 ਸਾਲ ਰਹਿੰਦੇ ਨੇ। ਚਾਚੀ ਕਹਿਣ ਲੱਗੀ ਮੁਸਕਰਾ ਕੇ, ਵੇ ਅਬੂ ਜਾਲ ਤੂੰ ਇੰਜ ਕਰ, 100 ਦਾ 200 ਲੈ ਲੈ, ਲੇਕਿਨ ਸੁਰਮਾ ਨਾ ਪਾ। ਉਹਨੇ ਕਿਹਾ ਕਿਵੇਂ ਹੋ ਸਕਦਾ ਕਿ 300 ਲੈ ਲੈ, 1000 ਤੱਕ ਗੱਲ ਗਈ। ਉਹਨੇ ਕਿਹਾ ਨਾ, ਅਗਰ ਮੈਂ ਨਾ ਪਾਇਆ, ਕੁੜੀਆਂ ਆ ਗਈਆਂ ਮੱਕੇ ਦੀਆਂ ਵਹਿੰਦੀਆਂ ਨੇ, ਉਹ ਕਹਿਣਗੀਆਂ ਹਾਸ਼ਮੀ ਸੀ ਨਾ, ਯਾਰ ਬੋਲੋ ਤੇ ਸਹੀ, ਹਾਸ਼ਮੀ ਸੀ ਤਾਂ ਨਹੀਂ ਪਾਇਆ, ਮੈਂ ਜ਼ਰੂਰ ਪਾਵਾਂਗਾ, ਅੰਮੀ ਪਿਆਉਂਦੀ ਹੈ ਮੈਂ ਬੁੱਤਾਂ ਦਾ ਸੁਰਮਾ, ਅਲੀ ਦੀਆਂ ਅੱਖਾਂ 'ਚ ਹਦਾਇਆ ਤੂੰ ਸਾਦਾ ਉਹ ਕਿਤਾਬ ਦਾ ਨਹੀਂ ਨਹੀਂ ਪਾਣ ਦੇਣਾ। ਅਬੂ ਜਾਲ ਜ਼ਿੱਦ ਪਿਆ ਕਰਦੇ, ਜਦੋਂ ਜ਼ਿੱਦ ਹੱਦ ਤੋਂ ਵਧੀ, ਸਰਕਾਰ ਨੇ ਫਰਮਾਇਆ ਚਾਚੀ ਜ਼ਰਾ ਮੈਨੂੰ ਦਈ। ਅਜੇ ਨਬੂਵਤ ਇਤਨੀ 10 ਸਾਲ ਰਹਿੰਦੇ ਨੇ, ਐਲਾਨ ਜੀ ਮੈਨੂੰ ਦੇਈ ਲੈ ਕੇ, ਮੇਰੇ ਪਾਕ ਨਬੀ ਨੇ ਰੱਖਿਆ ਫਰਸ਼ ਤੇ ਕਾਬੇ ਦੇ ਬੂਹੇ ਤੇ, ਫਰਮਾਇਆ ਚਾਚਾ ਪਾ, ਓਏ ਬੋਲਦੇ ਸਹੀ, ਮੈਨੂੰ ਲੁਤਫ ਨਹੀਂ ਆ ਰਿਹਾ ਤੇਰਾ, ਚਾਚਾ ਪਾ ਸੁਰਮਾ ਪਾ। ਅਬੂ ਜਾਲ ਨੇ ਥੁੱਕ ਲਾਈ, ਸਲਾਈ ਲਾਈ ਮਿੱਟੀ ਹੁਬਲ ਦੀ ਬੁੱਤ ਨਾਲ, ਇਧਰੋਂ ਅਬੂ ਜਾਲ ਚੁੱਕਿਆ, ਉਧਰੋਂ ਅੱਲਾ ਦੇ ਸ਼ੇਰ ਨੇ ਯਦੁੱਲਾਈ ਕਸੁਨ ਚੁੱਕਿਆ। 3 ਦਿਨ ਦਾ ਲਿਆ, ਜਦੋਂ ਅੱਖਾਂ ਦੇ ਤੇਵਰ ਵੇਖੇ ਨਾ ਤੇ ਅਬੂ ਜਾਲ ਉੜਿਆ ਹੋਇਆ ਸਿੱਧਾ ਹੋ ਗਿਆ। ਨਬੀ ਨੇ ਕਿਹਾ ਚਾਚਾ ਕੀ ਹੋਇਆ ਜੀ, ਹਾਏ ਹੋਏ। ਨਬੀ ਨੇ ਫਰਮਾਇਆ ਚਾਚਾ ਕੀ ਹੋਇਆ ਜੀ, ਉਹਨੇ ਕਿਹਾ ਬੱਚਾ ਕੂਰਦਾ, ਫਰਮਾਇਆ ਚਾਚਾ ਤੂੰ 45 ਸਾਲਾਂ ਦਾ, ਇਹ 3 ਦਿਨਾਂ ਦਾ ਪਾ। ਹੁਣ ਮੱਕੇ ਦੀਆਂ ਔਰਤਾਂ ਪਈਆਂ ਵੇਂਦੀਆਂ ਨੇ, ਅਗਰ ਪਾਉਂਦਾ ਨਹੀਂ ਤੇ ਬਿੱਜ਼ਤ ਹੁੰਦਾ, ਜੇ ਪਾਉਂਦਾ ਤੇ ਡਰ ਲੱਗਦਾ। ਬਸ ਕਰਾਂ ਜਾ, ਬਸ ਕਰਾਂ, ਮੇਰੀ ਕੌਮ ਥੱਕੀ ਹੋਈ, ਬਸ ਕਰਾਂ। ਹੁਣ ਜੇ ਪਾਉਂਦਾ ਤੇ ਬਿੱਜ਼ਤ ਹੁੰਦਾ, ਨਹੀਂ ਪਾਉਂਦਾ ਤੇ ਬਿੱਜ਼ਤ ਹੁੰਦਾ, ਜੇ ਪਾਉਂਦਾ ਤੇ ਡਰ ਲੱਗਦਾ ਏ। 2 ਵਾਰੀ ਚੁੱਕਿਓ, ਮੇਰੇ ਨਬੀ ਨੇ ਫਰਮਾਇਆ ਚਾਚਾ ਸੀ ਜਲਦੀ ਜਾਣਾ, ਜਲਦੀ ਪਾ। ਕਸਮ ਸੌਦ ਦੀ ਮੈਂ ਹਵਾਲੇ ਲਈ ਤਿਆਰ, ਅਬੂ ਜਾਲ ਹਿੰਮਤ ਕਰਕੇ ਸਲਾਈ ਅਲੀ ਦੀ ਅੱਖ ਦੇ ਕਰੀਬ ਲਿਆਂਦੀ, ਯਦੁੱਲਾਈ ਥੱਪੜ ਵੱਜਿਆ, ਤੌਣ ਫਿਰ ਗਈ, ਸਾਰੀ ਉਮਰ ਦਰਬਾਰ ਤੇ ਆਉਣ ਵਾਲਿਓ ਟੁਰਦਾ ਇਧਰੇ ਵੇਂਦਾ।
ਅਜੇ ਤੇ ਨਹੀਂ 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 ਮੋਮਨਾ ਦਾ ਮੌਲਾ ਜ਼ਿੰਦਾਬਾਦ, ਉਹਦੀ ਆਲ ਔਲਾਦ ਜ਼ਿੰਦਾਬਾਦ, ਉਹਦੇ ਘਰ ਦੇ ਅਫਰਾਦ ਜ਼ਿੰਦਾਬਾਦ, ਮੇਰਾ ਹੁਸੈਨ ਜ਼ਿੰਦਾਬਾਦ। ਕਸਮੇ ਰੱਬ ਦੀ, ਕਸਮੇ ਰੱਬ ਦੀ, ਇਹਨਾਂ ਸਾਰਿਆਂ 'ਚੋਂ ਛੋਟਾ 6 ਮਹੀਨੇ ਦਾ ਜਿਹਨੂੰ ਅਸਗਰ ਆਉਂਦੇ ਨੇ, ਹੁਸੈਨ ਦੇ ਹੱਥਾਂ 'ਤੇ ਆ। ਲੈ ਕੇ ਮੈਂ ਮਸਾਹਿਬ ਨਹੀਂ ਬਣ ਲੱਗਾ, ਕਰਬਲਾ ਦੇ ਮੈਦਾਨ 'ਚ ਮੇਰੇ ਹੁਸੈਨ ਆਏ ਨੇ। ਅਤੇ ਅਸਗਰ ਨੇ ਇੱਕ ਫਿਕਰਾ ਬੋਲ ਕੇ ਕਿਹਾ, ਬਾਬਾ ਹਸਰਤ। ਫਰਮਾਇਆ ਕਾਹਦੀ? ਫਰਮਾਇਆ ਪਹਿਲਿਆਂ ਦੀ ਜੰਗ ਵੇਖਣ ਵਾਲੇ ਹੀ ਸਨ, ਅਤੇ ਮੇਰੀ ਜੰਗ 'ਤੇ ਵੇਖਣ ਵਾਲੇ ਕੋਈ ਨਹੀਂ, ਇੱਕ ਤੂੰ ਅਤੇ ਇੱਕ ਮੈਂ ਹਾਂ। ਹੁਸੈਨ ਨੇ ਮੂੰਹ ਚੁੰਮ ਕੇ ਕਿਹਾ, ਬੇਟਾ 125,000 ਨਬੀ ਕਰਬਲਾ ਦੇ ਟਿੱਬੇ 'ਤੇ ਆ ਗਏ, ਤੇਰੀ ਜੰਗ ਪਤਾ ਨਹੀਂ। ਮੈਂ ਪੂਰੀ ਤਕਰੀਰ ਮੇਰੀ ਕੁਰਬਾਨ, ਜਿਹੜਾ ਮੈਂ ਫਿਕਰਾ ਬੋਲਣਾ, ਇਹ 125,000 ਨਬੀ ਕੁਰਸੀਆਂ 'ਤੇ, ਔਰ ਮੇਰਾ ਨਾਨਾ ਸਾਹਮਣੇ ਮਿੰਬਰ 'ਤੇ ਸਿਰਫ ਤੇਰੀ ਫਾਈਟ ਵੇਖਣ ਲਈ ਆ ਗਿਆ। ਅਲੀ ਅਸਗਰ ਨੇ ਕਿਹਾ, ਬਾਬਾ ਇੱਕ ਗੱਲ 'ਤੇ ਦੱਸ, ਪਤਾ ਨਹੀਂ ਕੌਣ ਸਮਝੇਗਾ ਸੈਯਦ ਦੀ ਇਸ ਦੀ ਗੱਲ ਨੂੰ, ਅਤੇ ਕੌਣ ਪਹੁੰਚਾਏਗਾ। ਬਾਬਾ ਇੱਕ ਗੱਲ 'ਤੇ ਦੱਸ। ਫਰਮਾਇਆ ਕੀ? ਗੌਰ ਨਾਲ ਇਹਨਾਂ ਨੂੰ ਵੇਖ ਕੇ ਦੱਸ, 125,000 ਨੂੰ, ਇਹਨਾਂ ਵਿੱਚ ਉਹ ਨਬੀ ਆਇਆ ਜਿਹਨੇ ਆਪਣੇ ਪੁੱਤਰ ਦੀਆਂ ਲੱਤਾਂ ਬੰਨੀਆਂ ਸਨ ਅਤੇ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ ਸੀ। ਮੈਂ ਗੱਲ ਕਹਿ ਗਿਆ, ਤੂੰ ਪਹੁੰਚਾ ਗਿਆ। ਉਹ ਨਬੀ ਆਇਆ ਜਿਹਨੇ ਆਪਣੀਆਂ ਅੱਖਾਂ 'ਤੇ ਪੱਟੀ ਬੰਨੀ ਸੀ ਅਤੇ ਪੁੱਤਰ ਦੀਆਂ ਬਾਹਾਂ 'ਤੇ ਹੱਥ ਬੰਨੇ ਸਨ। ਫਰਮਾਇਆ ਬੇਟਾ, ਉਹ ਤੇ ਜਦੋਂ ਅੰਬੀਆ ਹੈ, ਉਹ ਸ਼ਜਰਤੁਲ ਅੰਬੀਆ ਹੈ, ਉਹ ਨਬੀਆਂ ਦਾ ਦਾਦਾ ਹੈ। ਆਏ ਅਸਗਰ ਨੇ ਕਿਹਾ, ਬਾਬਾ ਮੈਨੂੰ ਇੰਨਾ ਉੱਚਾ ਚੁੱਕ ਤੇ ਉਹਨੂੰ ਵਿਖਾ, ਵੇਖ ਲੈ, ਨਾ ਮੈਂ ਆਪਣੀਆਂ ਅੱਖਾਂ ਬੰਨੀਆਂ ਨੀ, ਨਾ ਅਸਗਰ ਦੇ ਹੱਥ ਬੰਨੇ ਨੀ। ਕੀ ਸਮਝਦਾ ਇਸ ਖਾਨਦਾਨ, ਜਿਹਦਾ ਛੋਟਾ ਅਲੀ ਸਮਝ ਨਹੀਂ ਆਉਂਦਾ, ਤੂੰ ਵੱਡੇ ਨੂੰ ਸਮਝਦਾ? ਖੁਦਾ ਦੀ ਕਸਮ, ਫਰਾਂਸ ਦੀ ਯੂਨੀਵਰਸਿਟੀ 'ਚ ਦ ਲਿਟਲ ਐਂਜਲ ਮਾਸੂਮ ਸਿਆਰਾ, ਇਹਦੇ ਨਾਂ 'ਤੇ ਕਿਤਾਬ ਹੈ ਅਸਗਰ ਉੱਤੇ ਜਿਹੜੀ ਪੜ੍ਹਾਈ ਜਾਂਦੀ ਹੈ ਗੈਰ ਯੂਨੀਵਰਸਿਟੀਆਂ 'ਚ, ਇਹਦੀ ਸ਼ੁਜਾਤ ਔਰ ਬਹਾਦਰੀ 'ਤੇ। ਸਾਰੀ ਉਮਰ ਟੁਰਦਾ ਇੱਧਰ, ਅਜੇ ਮੈਂ ਮੁਕਾਇਆ ਨਹੀਂ ਤੇ ਵੇਂਦਾ ਅਸਮਾਨ ਲੱਗ ਗਿਆ। ਹੁਣ ਜਿਹੜੀ ਮੈਂ ਗੱਲ ਲੱਗਾ ਕਹਿੰਦਾ ਰਿਆਜ਼ੁਲ ਕੁਦਸ 'ਚ, ਹਵਾਲੇ ਪੁੱਛਦਾ ਫਿਰੇਗਾ। ਆ ਹੁਣ ਮੈਂ ਤੈਨੂੰ ਗੱਲ ਦੱਸਾਂ, ਮੱਕੇ ਦੇ ਅੰਦਰ ਇੱਕ ਸੱਪ ਰਹਿੰਦਾ ਸੀ ਕਾਬੇ, ਜਿਹਦਾ ਨਾਂ ਸੀ ਮਯਾਰੁਲ ਵਲਦ। ਕੀ ਨਾਂ ਸੀ ਉਹ ਸੱਪ ਦਾ? ਮਯਾਰੁਲ ਵਲਦ, ਔਖਾ ਲਫ਼ਜ਼ ਹੈ। ਜਿਹੜੇ ਬੱਚੇ ਤੇ ਪਿਓ ਨੂੰ ਸ਼ੱਕ ਹੁੰਦਾ ਵੀ ਮੇਰਾ ਨਹੀਂ, ਆ ਕਿੱਥੋਂ ਲੈ ਆਈ, ਉਹ ਬੱਚਾ ਲਿਆ ਕੇ ਕਾਬੇ ਦੀ ਕੰਧ ਦੇ ਕੋਲ ਪਾ ਦਿੰਦੇ। ਇਹ ਸੱਪ ਉਤਰਦਾ ਕਿਸੇ ਪਾਸਿਓਂ, ਅਗਰ ਇਹ ਆ ਕੇ ਸੁੰਘ ਕੇ ਟੁਰ ਜਾਂਦਾ ਤੇ ਪੁੱਤਰ ਨੂੰ ਚੁੱਕ ਕੇ ਸੀਨੇ ਨਾਲ ਲਾ ਕੇ ਉਹ ਘਰ ਲੈ ਜਾਂਦਾ, ਤੇ ਜੇ ਇਹ ਫੁਕਾਰਦਾ ਉਹਨੂੰ ਵੇਖ ਕੇ ਤੇ ਚੁੱਕ ਕੇ ਸਰੇ ਆਮ ਮਾਰ ਕੇ ਉਹਨੂੰ ਪੁੱਛਦਾ, ਦੱਸ ਕਿੱਥੋਂ ਲਿਆਈ ਹੈ? ਇਹ ਮਿਆਰੁਲ ਵਲਦ ਸੀ, ਇਹ ਮਿਆਰੁਲ ਵਲਦ ਸੀ, ਇਹ ਹਲਾਲੀ ਤੇ ਹਰਾਮੀ ਦੀ ਪਹਿਚਾਣ ਕਰਦਾ ਸੀ। ਹੁਣ ਅਲੀ ਦੀ ਮਾਂ ਦੇ ਹੱਥਾਂ 'ਚ ਅਲੀ, ਪਤਾ ਨਹੀਂ ਕੀ ਸਮਝਿਆ ਜਨਾਬ, ਫਾਤਮਾ ਬਿੰਦੇ ਅਸਦ, ਇਹਦੇ ਹੁਣ ਵਜਿਆ ਨਾ ਥੱਪੜ, ਇਹਦਾ ਮੂੰਹ ਆਂਜੇ, ਇਹਨੇ ਕਹਿਦੋਂ ਤੇ ਦਾ ਨਹੀਂ ਲੱਗਾ, ਉਹਨੇ ਕਿਹਾ ਰੱਖ ਉੱਥੇ ਜ਼ਰਾ ਮਿਆਰੁਲ ਵਲਦ ਨੂੰ ਉਤਰਨ ਦੇ। ਜਾਂ ਕਾਇਨਾਤ ਦੇ ਮੌਲਾ ਨੇ ਇਹ ਸੁੱਤਾ ਹੋਇਆ ਅਲੀ ਸ਼ੇਰ 3 ਦਿਨਾਂ ਦਾ। ਇੱਕ ਫਿਕਰਾ ਮੈਂ ਤੇਰੇ ਕੋਲ ਬੋਲਿਆ ਸੀ, ਮੇਰਾ ਦਿਲ ਕਰਦਾ ਇਲਮੀ ਦੁਨੀਆ ਦੇ ਤਾਜਦਾਰ ਬੈਠੇ ਨੇ ਤੇ ਮੈਂ ਇਹਨਾਂ ਸ਼ਹੀਦਾਂ ਨੂੰ ਤੋਹਫਾ ਦੇ ਜਾਂ। ਸ਼ੇਰ ਦੇ ਅਰਬੀ 'ਚ 8 ਨਾਂ ਨੇ, ਯਾਦ ਕਿੰਨੇ ਨਾਂ ਨੇ? ਸਾਰੇ ਬੋਲੋ, ਮੈਂ ਤੁਹਾਡੀ ਜਾਨ ਛੱਡਣ ਵਾਲਾ, ਮੈਂ ਆਪ ਥੱਕੇ ਹਾਂ, ਮੈਂ ਕੱਲ੍ਹ ਜੜ੍ਹਾਂ ਵਾਲੇ ਪੜ੍ਹਨਾ, ਥੱਕੇ ਹਾਂ ਇਸ ਵਕਤ। ਤੁਸੀਂ ਸੁਣੋ ਕਿੰਨੇ ਨਾਂ ਨੇ? 8। ਕਿੰਨੇ ਨਾਂ ਨੇ? ਹਾਰਸ, ਅਸਦ, ਜ਼ੈਗਮ, ਜ਼ਰਗਾਮ, ਗਜ਼ਨਫਰ, ਸਫਦਰ, ਹੈਦਰ, ਅਬਾਸ। ਮੈਂ ਢੋਲੇ ਨਹੀਂ ਯਾਦ ਕੀਤੇ, ਹਾਰਸ,
اسد، زیگم، زرگام، غزنفر، صفدر، حیدر، عباس۔ خطیب نقطہ دان دا میں لقب لیا علماء کولوں، داد مولویاں کولوں لئی ہے، سوکھا کم نہیں۔ ہاں مگر ٹولے گاؤں والے تے میرے تو وعدے نے۔ حارس، اسد، زیگم، زرگام، غزنفر، صفدر، حیدر، عباس۔ عربی لغت کا اٹھاں دا معنی کی ہے شیر، لیکن فرق ہے، لیکن فرق ہے۔ جنہاں لوگاں نوں سواد آئے گا وہ سمجھو، جنہاں نوں نہیں سمجھ آنی وہ رہن دیو۔ حارس شیر دے بچے نے گار وچ انہوں شک پہ گیا بھی کوئی میرے بچے پڑھنا آ رہے ہیں، یہ شیر والا غرور لے کے گار دے گرد نالے گھومتا نہ کہتا آؤ بھائی کو ہے کہ جرت، یہ جڑا پہرے دار شیر ہے یہ عربی چ حارس آدھے سو گیا یار، یہ پہرا دن والے شیر عربی چ کی آدھے حارس۔ جدوں یہ شک مڑ جانا بھی کنے آنا ہے، یہ میں ہاں کنے آنا ہے، تے اے اپنے شیراں تے شیرنی دے نال آرام نال سو جائے، ستے ہوئے شیر نوں اسد آندے نے۔ تینوں اجے بھی اسد اللہ سمجھ چ نہیں آیا؟ ستے ہوئے شیر نوں اسد آندے نے۔ ہن بندہ جاگو مٹی نہیں ہوندا، او کرملی او اکھاں بند کردا کھولدا اینوں جاگو مٹی کہندے نے۔ جدوں شیر ادھا ستا ہوئے ادھا جاگدا ہوئے اونوں زیگم آکھدے نے، جدو پوریا اکھاں کھول لوے اونوں زرگام آندے نے۔ ہن اٹھ کے کھلو گیا، انہیں سنگیا بھی میرے بچے بھوکھے نے تے انہاں نوں شکار چاہیے، اپنے آپ نوں تیار پیا کردا ہے شکار لئی۔ جدو شیر تیار ہو جائے اس شیر نوں غزنفر آکھدے نے۔ ہن شیر ٹر پیا، ہن مینوں نہیں پتا تو اجے تک اٹھے نہیں کتھوں آیا تے میں کیڑی جگہ آ کے پڑھ رہا۔ توجہ، اے شیر ہن ٹر رہا ہے، اگے ہرن دسیا ہے، جدوں اے پنجا چکے اینوں صف در کہندے نے، جدوں ٹوٹے کردا ہے حیدر کہندے نے۔ سمجھ آئی گل دی؟ اور آخری فکرہ، اور میں گیا اے میار الولد اتریا، اے دی قسمت پیڑی، اے علی دے نیڑے آیا، علی نے ویکھیا بھول گئے ہیں کنیا دن دا، تنہ دا، قسم ذات دی علی نے دوویں ہاتھ چکے، ایک اتلے جبڑے چ ایک تھلے دے پا کے چیر دیتا۔ ماں کول کھلو کے ویندی آندی آنتا حیدر، ہائے ہائے ہائے۔ جدوں اے مر گیا نا، اے مر گیا تے مکی لوگ کہن لگے تے نیر ہو گیا، ہن پتا کیویں لگے گا حلالی تے رامی دا؟ میرے نبی نے کہا ایک نیام چ دو تلواراں نہیں سمائی دیاں، بس علی نو درمیان چ کھلو لو، نیانے نو پوچھو اے تینو کی ہو جا لگدا ہے، اگر او ویکھ کے ہس پوے تے حلالی اے۔ زندگی چ پہلی واری تے علی پڑھن دا موقع تھا، جے میں علی دی عین نہیں پڑھی، جڑا مینوں آؤں دا جے میں اودی عین نہیں پڑھی۔ آخری گل، ماں لے کے کار آ گئی، عربیاں دا رواج سی بننا، اجے بھی آ میرے خیال جڑے ملتانی لوگ نے رسی نال بن دے، علی دی ماں نے رسی بن دیتی، اندر گئی مڑ کے آئی رسی ٹوٹ گئی ہے، انہیں دو دفعہ دو بل دیتے ٹوٹ گئی، ربڑ دی رسی بنی ٹوٹ گئی، لوہے دی تار بنی ٹوٹ گئی،
ਕਸਮ ਜ਼ਾਤ ਦੀ ਫਿਕਰੇ ਕਿਤਾਬ ਮੇਰੇ ਕੋਲ ਮੌਜੂਦ ਵਿੱਚ ਮੌਜੂਦ। ਅਲੀ ਨੇ ਮਾਂ ਨੂੰ ਵੇਖਿਆ, ਕਿਉਂ ਬਣਨੀ ਹੈ ਮੇਰੇ ਹੱਥ, ਮੈਂ ਇਹਨਾਂ ਨਾਲ ਤਸਵੀ ਕਰਨੀ ਹੈ। ਹਾਏ 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 ਹਾਏ, ਉਹ ਜਿਹੜਾ 3 ਦਿਨ ਦੀ ਉਮਰ ਚ ਉਹਦੀ ਤਸਵੀ ਕਰੇ ਉਹਨੂੰ ਅਲੀ ਆਉਂਦੇ ਨੇ, ਉਹਨੂੰ ਕੀ ਆਉਂਦੇ ਨੇ, ਅਲੀ ਆਉਂਦੇ ਨੇ। ਔਰ ਤੈਨੂੰ ਆਖਰੀ ਗੱਲ ਸੁਣਾ ਕੇ ਜਾ, ਆਪਣੇ ਘਰ ਨੂੰ ਦੁਆ ਦਿੰਦਾ ਤੇ ਮੈਂ ਆਪਣੇ ਘਰ। 16,000 ਦਾ ਲਸ਼ਕਰ ਮੌਲਾ ਕਾਇਨਾਤ ਦੇ ਨਾਲ, ਕਿੰਨਾ 16,000 ਦਾ ਲਸ਼ਕਰ। ਮੇਰਾ ਅਲੀ ਨਿਕਲਿਆ ਕੂਫੇ ਚੋਂ, ਕਿੰਨਾ ਲਸ਼ਕਰ ਜਾਂਦਾ ਜਾ ਰਿਹਾ ਲਸ਼ਕਰ। ਰਸਤੇ ਚ ਇੱਕ ਪਿੰਡ ਜਿਹਦਾ ਨਾਂ ਹੈ ਬਰਾਸਾ, ਮੈਨੂੰ ਤੇ ਇਹਨਾਂ ਦੇ ਜਾਨਵਰਾਂ ਦੇ ਵੀ ਸ਼ਜਰੇ ਯਾਦ ਨੇ, ਜਿਹੜੇ ਘੋੜੇ ਤੇ ਅਕਬਰ ਨੇ ਜੰਗ ਕੀਤੀ ਹੈ। ਉਹਦਾ ਨਾਂ ਉਕਾਬ ਸੀ, ਉਹਦੇ ਪਿਓ ਦਾ ਨਾਂ ਜ਼ਾਦੁਲ ਕੁਫਾ ਸੀ, ਉਹਦੇ ਪਿਓ ਦਾ ਨਾਂ ਮੈਮੂਨ ਸੀ, ਉਹਦੇ ਪਿਓ ਦਾ ਨਾਂ ਖਨਜ ਸੀ, ਉਹਦੇ ਪਿਓ ਦਾ ਨਾਂ ਕਾਬਿਲ ਸੀ, ਉਹਦੇ ਪਿਓ ਦਾ ਨਾਂ ਰੀ ਸੀ। ਉਹ ਜਿਨ੍ਹਾਂ ਦੇ ਘੋੜਿਆਂ ਦੇ ਸ਼ਜਰੇ ਕਾਇਮ ਨੇ, ਮੰਨਣ ਵਾਲਿਆਂ ਦੇ ਕਿਵੇਂ ਨਹੀਂ ਹੋਣ। ਤਵੱਜੋ, ਜਾਂ ਕਾਇਨਾਤ ਦੇ ਮੌਲਾ ਜਾ ਰਹੇ ਨੇ, ਪਿੰਡ ਦਾ ਨਾਂ ਹੈ ਬਰਾਸਾ। ਆਖਰੀ ਗੱਲ, ਪਿੰਡ ਦਾ ਨਾਂ ਕੀ ਹੈ? ਬੇਰੇ ਅਲਫ ਸੇ ਅਲਫ ਸਾ ਕਰੀ ਸਰ, ਗੱਲ ਤੁਹਾਡੀ ਸੁਣਨ ਵਾਲੀ। ਬਰਾਸਾ ਜਦੋਂ ਉੱਥੇ ਆਏ ਨਾ, ਹਜ਼ਰਤ ਅਲੀ ਤੋਂ ਬਾਅਦ ਸੈਕੰਡ ਇਨ ਕਮਾਂਡ, ਮਸਲ ਇੱਕ ਹੁੰਦਾ ਕਮਾਂਡਰ, ਇੱਕ ਸੈਕੰਡ ਕਮਾਂਡਰ ਹੁੰਦਾ, ਉਹਦਾ ਨਾਂ ਸੀ ਮਾਲਕ ਉਸ਼ਤਰ। ਇਹ ਮਾਲਕ ਉਸ਼ਤਰ ਨੇ ਰੇਗਿਸਤਾਨ ਦਾ ਇਲਾਕਾ ਸੀ, ਬਰਾਸਾ ਤੋਂ ਬਾਅਦ ਅੱਗੇ ਰੇਤ ਹੀ ਰੇਤ ਸੀ। ਉਹਨੇ ਕਿਹਾ ਮੌਲਾ ਪਾਣੀ ਮੁੱਕ ਗਿਆ, ਪਾਣੀ ਸਮਾਨ ਲੱਗੇ ਗਏ, ਇਹ ਕਹਿਣਾ ਤੇ ਇਮਾਮ ਪਾਣੀ ਮੁੱਕ ਗਿਆ। ਮੇਰੇ ਮੌਲਾ ਨੇ ਕਿਹਾ ਵੇਖੋ ਕੋਈ ਨੇੜੇ ਤੇਰੇ ਪਿੰਡ, ਉਹਨਾਂ ਵੇਖੋ। ਉਹਨੇ ਕਿਹਾ ਜ਼ਰੂਰ, ਰੇਤ ਹੀ ਰੇਤ। ਉਹ ਇੱਕ ਕੁੱਲੀ ਨਜ਼ਰ ਆਉਂਦੀ ਹੈ, ਬੰਦੇ ਕਿੰਨੇ ਨੇ 16,000। ਇਹ ਲਸ਼ਕਰ ਜਿਹੜਾ ਨਾ ਉਸ ਕੁੱਲੀ ਕੋਲ ਪਹੁੰਚਿਆ, ਉਹ ਰਾਹਬ 120 ਸਾਲ ਉਹਦੀ ਉਮਰ ਹੈ, ਕਿੰਨੀ 110, ਉਹਦੇ ਚੇਲੇ ਨੇ ਉਹ ਵੀ ਕੋਲ ਖੜੇ ਨੇ। ਇਤਫਾਕ, ਮੌਲਾ ਕਾਇਨਾਤ ਨੇ ਮਾਲਕ ਨੂੰ ਭੇਜਿਆ, ਇਹਨੂੰ ਪੁੱਛ ਕਿਹਾ ਪਾਣੀ ਹੈ? ਉਹਨੇ ਕਿਹਾ ਨਾ ਬਾਬਾ ਨਾ, ਮੇਰੀ ਕੁੱਲੀ ਤੋਂ 2 ਫਰਸਕ, ਇੱਕ ਫਰਸਕ 2 ਮੀਲਾਂ ਦਾ ਹੁੰਦਾ, 3 ਮੀਲਾਂ ਦਾ ਹੁੰਦਾ, 3 ਮੀਲਾਂ ਦਾ, 3 × 2 = 6 ਮੀਲ, 6 ਮੀਲ ਦੂਰ ਪਾਣੀ ਹੈ, ਤੇ ਮੈਂ ਆ ਰਾਹਬ, ਇੱਥੇ ਅੱਲਾ ਅੱਲਾ ਕਰਦਾ, ਇਹ ਮੇਰੇ ਚੇਲੇ ਮੈਨੂੰ ਮਹੀਨੇ ਦਾ ਇੱਕ ਘੜਾ ਪਾਣੀ ਦਾ ਦੇ ਜਾਂਦੇ ਨੇ, ਤੇ ਮੈਂ ਥੋੜ੍ਹਾ ਥੋੜ੍ਹਾ ਕਰਕੇ ਪੀਣਾ, ਅਗਰ ਇਹ ਨਾ ਭੇਜਾਂ ਤੇ ਮੈਂ ਇੱਥੇ ਹੀ ਮਰ ਜਾ, ਮੈਂ ਟੁਰ ਨਹੀਂ ਸਕਦਾ, ਮੈਂ ਬੁੱਢਾ ਬੰਦਾ, ਮੈਂ ਇੱਥੋਂ ਹੀ ਰਹਿਣਾ ਨਹੀਂ, ਮੈਂ ਕਿਸੇ ਕੰਮ ਲਈ ਇੱਥੇ ਬੈਠਾ, ਤੇ ਪਾਣੀ ਬਾਬਾ ਦੂਰੋਂ ਮਿਲਦਾ। ਮਾਲਕ ਉਸਤਰ ਨੇ ਕਿਹਾ ਮੌਲਾ ਹੁਣ ਤੇ ਟੁਰਨ ਦੀ ਵੀ ਮਦ ਨਹੀਂ ਰਹੀ, ਆਪਣੇ ਨਹੀਂ ਗੱਲ ਮਿਲੀ, ਇਹ ਹੁਣ ਤੇ ਟੁਰਨ ਦੀ ਵੀ ਮਦ। ਕਾਇਨਾਤ ਦੇ ਮੌਲਾ ਖੜੇ ਨੇ ਰਾਬ ਦੇ ਕੋਲ, ਫਰਮਾਇਆ ਕਬਰਾਂ ਦੀ ਜ਼ਰੂਰਤ ਨਹੀਂ, ਮੈਂ ਆਲੀਆਂ ਇੱਥੋਂ ਮਿਲੇਗਾ। ਸੁਭਾਨ ਅੱਲਾਹ, ਗੱਲ ਗੌਸ ਪਾਕ ਦਾ ਫਿਕਰ ਹੈ, ਆਪ ਫਰਮਾਉਂਦੇ ਲੈਸਲ ਫਕੀਰ ਹੋ ਮਨ ਲੈਸਲ ਦਿਰਹਮੁਨ ਵਲਾ ਦਿਨਾਰ ਬਲਿਲ ਫਕੀਰ ਮਨ ਕਾਲ ਅਲ ਸ਼ੈਨ ਕੌਣ ਫਯਕੂਨ। ਫਕੀਰ ਉਹ ਨਹੀਂ ਜਿਹਦਾ ਬੋਝਾ ਖਾਲੀ ਹੋਵੇ, ਜਿਹਦੇ ਨਾਂ ਦੀਆਂ 11 ਦੇਣਾ, ਉਹ ਆਂਦਾ ਫਕੀਰ ਉਹ ਹੈ ਜਦੋਂ ਕੁੰਨ ਕਵੇ ਤੇ ਹੋ ਜਾਏ, ਤੇ ਜਿਹਦੇ ਬੂਹੇ ਤੇ ਮੱਥਾ ਰਗੜ ਕੇ ਫਕੀਰ ਫਕੀਰ ਬਣਦਾ, ਉਹਦੀ ਤਾਕਤ ਕੁੰਨ ਦੀ ਏ, ਤੇ ਜਿਹੜਾ ਅਲੀ ਹੋਵੇ। ਜਿਹੜਾ ਗੱਲ ਸੁਣੀ ਗੌਰ ਨਾਲ, ਮੈਂ ਤੈਨੂੰ ਆਖਰੀ ਸੁਣਾ ਰਿਹਾ, ਮੈਨੂੰ 60 ਮੌਜਦੇ ਯਾਦ ਨੇ ਅਲੀ ਦੇ, ਤੇ ਮੈਂ ਤੈਨੂੰ ਇੱਕ ਹੀ ਸੁਣਾਉਣ ਲੱਗਾ। ਆ ਸੁਣ, ਗੌਰ ਦੇ ਨਾਲ ਨੇ ਫਰਮਾਇਆ ਇੱਥੋਂ ਮਿਲੇਗਾ। ਕਿੱਥੋਂ? ਉਹ ਰਾਹ ਜਿਹੜਾ ਸੁਣੇ ਕੰਨ ਚੁੱਕੇ, ਉਹਦਾ ਮਕਸਦ ਹੀ ਉੱਥੇ ਰਹਿਣ ਦਾ ਇਹ ਸੀ ਜੰਗਲ, ਇੱਥੋਂ ਮਿਲੇਗਾ। ਰਾਹ ਉੱਠ ਕੇ ਖੜਾ ਹੋਇਆ, ਉਹਨੇ ਕਿਹਾ ਜਵਾਨਾ ਤੂੰ ਕੌਣ ਹੈ? ਆਪਨੇ ਫਰਮਾਇਆ ਮੈਂ ਸਰਦਾਰ ਲਸ਼ਕਰ ਦਾ, ਕਿੱਥੋਂ ਮਿਲੇਗਾ?
ਚੰਦ ਕਦਮ ਰਾਹਬ ਦੀ ਕੁੱਲੀ ਤੋਂ ਹੁਸੈਨ ਦਾ ਬਾਬਾ ਚੱਲਿਆ, ਫਰਮਾਇਆ ਇੱਥੋਂ ਪੁੱਟੋ। ਰਾਹਬ ਟੁਰਦਾ ਟੁਰਦਾ ਸ਼ਗਿਰਦਾਂ ਨੂੰ ਕਹਿਣ ਲੱਗਾ, ਮੇਰੀਆਂ ਬਾਹਾਂ ਫੜ ਲਓ ਤੇ ਮੈਨੂੰ ਹੌਲੀ ਹੌਲੀ ਲੈ ਚੱਲੋ, ਇਹ ਜਿੱਥੋਂ ਪੁੱਟਦਾ ਉੱਥੇ ਉਹ 10 ਚੇਲੇ ਵੀ ਨਾਲ। ਜਦੋਂ ਸ਼ਗਿਰਦਾਂ ਨੇ ਪੁੱਟਣਾ ਸ਼ੁਰੂ ਕਰ ਦਿੱਤਾ, ਇੱਕ ਸਫੈਦ ਰੰਗ ਦੀ ਸਿੱਲ ਥੱਲਿਓਂ ਨਿਕਲੀ, ਸਫੈਦ ਰੰਗ ਦਾ ਪੱਥਰ ਨਿਕਲਿਆ। ਜਦੋਂ ਪੱਥਰ ਨਿਕਲਿਆ ਨਾ, ਉਹਨਾਂ ਸ਼ਗਿਰਦਾਂ ਦੱਸਿਆ, ਉਹਦੀ ਨਜ਼ਰ ਕਮਜ਼ੋਰ ਸੀ, ਉਸਤਾਦ ਇੱਕ ਸਫੈਦ ਰੰਗ ਦਾ ਪੱਥਰ ਨਿਕਲਿਆ। ਉਹਨੇ ਕਿਹਾ, ਗੌਰ ਨਾਲ ਵੇਖ, ਇਹਦੇ ਉੱਤੇ 6 ਨਾਂ ਹੈਂ। ਸੌਂ ਗਿਆ ਯਾਰ, ਗੌਰ ਦੇ ਨਾਲ ਵੇਖ ਕੇ ਦੱਸੋ, ਇਸ ਪੱਥਰ ਦੀ ਸਿੱਲ ਤੇ 6 ਨਾਂ ਹੈ। ਸ਼ਗਿਰਦਾਂ ਨੇ ਗੌਰ ਨਾਲ ਡਿੱਠਾ, ਉਹਨਾਂ ਨੇ ਕਿਹਾ, ਉਸਤਾਦ ਕੋਈ ਨਾ। ਉਹ ਕਹਿਣ ਲੱਗਾ, ਖੋ ਮਿਹਨਤ ਬੇਕਾਰ ਹੋ ਗਈ, ਬਸ ਇਹ ਤੇ ਉਹ ਨਹੀਂ, ਇਹ ਤੇ ਉਹ। ਕਾਇਨਾਤ ਦੇ ਮੌਲਾ ਨੇ ਗੱਲ ਸੁਣੀ, ਫਰਮਾਇਆ, ਰਾਹਬ ਪੱਥਰ ਹੋਈਏ ਉਹ ਜਿਹੜੇ ਨਾ ਤੂੰ ਆਖਨੇ, ਉਹ ਉਤਲੇ ਪਾਸੇ ਨਹੀਂ, ਇਹਦੇ ਥੱਲੇ ਵਾਲੇ ਪਾਸੇ ਨੇ। ਅਗਰ ਕਵੇ ਤੇ ਮੈਂ 6 ਨਾਂ ਵੀ ਦੱਸਾਂ। ਹੈਰਾਨ ਹੋ ਕੇ ਕਹਿਣ ਲੱਗਾ, ਦੱਸ। ਫਰਮਾਇਆ, ਪਹਿਲਾ ਨਾਂ ਹੀ ਆਦਮ, ਦੂਜਾ ਨਾਂ ਹੀ ਨੂਹ, ਤੀਜਾ ਨਾਂ ਹੀ ਇਬਰਾਹੀਮ, ਚੌਥਾ ਹੀ ਮੂਸਾ, ਪੰਜਵਾਂ ਹੀ ਈਸਾ, 6ਵਾਂ ਮੇਰੇ ਸਰਦਾਰ ਦਾ ਨਾਂ ਹੈ। ਇਹ ਰਾਹਬ ਹੈਰਾਨ ਹੋ ਕੇ ਕਹਿੰਦਾ, ਤੇਰੇ ਸਰਦਾਰ ਦਾ ਨਾਂ ਕੀ ਹੈ? ਫਰਮਾਇਆ, ਮੁਹੰਮਦ। ਰਾਹਬ ਕਦਮਾਂ 'ਚ ਬਹਿ ਗਿਆ, ਕਹਿਣ ਲੱਗਾ, ਪੁੱਟੋ। ਮੌਲਾ ਕਾਇਨਾਤ ਫਰਮਾਨ ਲੱਗੇ, ਅਬ ਮੇਰੇ ਖਿਆਲ ਥੱਕਦੇ ਨਹੀਂ ਗਏ? ਹੱਥ ਖੜੇ ਕਰੋ ਜਿਹੜਾ ਥੱਕੇ ਹੋ। ਫਰਮਾਇਆ, ਪੁੱਟੋ। ਫਰਮਾਇਆ, ਪਹਿਲਾਂ ਆਪਣੇ ਚੇਲਿਆਂ ਨੂੰ ਕਹੋ, 10 ਲੱਗੇ ਰਹੋ, ਸਟਾਨ ਵੱਜ ਗਈ, ਫਤਨ ਲੱਗਾ ਗੱਲ। ਉਹਨਾਂ ਨੇ ਇੰਜ ਜ਼ੋਰ ਲਾਇਆ, ਚਟਾਨ ਪੁੱਟੀ ਨਹੀਂ ਗਈ। ਮੌਲਾ ਕਾਇਨਾਤ ਨੇ ਮਾਲਕ ਉਸ ਨੂੰ ਕਿਹਾ, ਆਪਣਾ ਲਸ਼ਕਰ ਲਾ, 70 ਬੰਦੇ ਲੱਗੇ, ਚਟਾਨ ਨਹੀਂ ਪੁੱਟੇਗੀ। ਉਹਨੇ ਕਿਹਾ, ਮੌਲਾ ਤਰਿਆਈ ਮਰ ਜਾਂਗੇ ਤੇ ਪੁੱਟੀ ਨਹੀਂ ਜਾਂਦੀ। ਫਰਮਾਇਆ, ਪਰਾਂ ਉਹ, ਮੈਂ ਵੀ ਤੇ ਵੇਖਾਂ, ਇਹ ਖੈਬਰ ਦੇ ਬੂਹੇ ਨਾਲ ਜ਼ਿਆਦਾ ਤਗੜੀ। ਸ਼ਹਾਦਤ ਦੀ ਉਂਗਲੀ ਸ਼ਾਹ ਮਰਦਾਂ ਸ਼ੇਰ ਯਜ਼ਦਾਂ ਕੂਵਤ ਪਰਵਰਦਗਾਰ ਲਾ ਫਤਾ ਇਲਾ ਅਲੀ ਲਾ ਸੈਫ ਇਲਾ ਜ਼ੁਲਫਿਕਾਰ। ਮੇਰੇ ਅਲੀ ਨੇ ਸ਼ਹਾਦਤ ਦੀ ਉਂਗਲੀ ਤੇ ਅੰਗੂਠਾ ਜੋੜਿਆ, ਚਟਾਨ ਨੂੰ ਇੰਜ ਪਾ ਕੇ ਇੰਜ ਜੋ ਕੀਤਾ, ਕਸਮ ਰੱਬ ਦੀ 70 ਹੱਥ ਆ ਗਈ। ਰਾਹਬ ਜਾ ਕੇ ਪੜਿਆ, ਕਹਿੰਦਾ, ਵਾਕਈ ਹੱਕ ਨਾਂ ਨੇ। ਮੌਲਾ ਕਾਇਨਾਤ ਕਹਿਣ ਲੱਗੇ, ਰੱਜ ਕੇ ਪਾਣੀ ਪੀ ਲਓ, ਮਜ਼ਾ ਤੇ ਅੱਗੇ ਜਿਹੜੀ ਮੈਂ ਗੱਲ ਕਰਨੀ ਹੈ, ਰੱਜ ਕੇ ਪਾਣੀ ਪੀ ਲਓ, ਮਸ਼ਕਾਂ ਭਰ ਲਓ, ਇਹ ਤੁਹਾਨੂੰ ਫਿਰ ਨਸੀਬ ਨਹੀਂ ਆਉਣਾ। ਜਦੋਂ ਇਹ ਗੱਲ ਰਾਹਬ ਨੇ ਸੁਣੀ ਨਾ, ਦੌੜ ਕੇ ਕਰੀਬ ਆਇਆ, ਕਹਿਣ ਲੱਗਾ, ਤੂੰ ਨਬੀ ਹੈ? ਫਰਮਾਇਆ, ਨਹੀਂ। ਤੂੰ ਫਰਿਸ਼ਤਾ ਹੈ? ਫਰਮਾਇਆ, ਨਹੀਂ। ਤੂੰ ਜਿੰਨ ਹੈ? ਫਰਮਾਇਆ, ਨਹੀਂ। ਚੌਥੇ ਨੰਬਰ ਤੇ ਕਹਿਣ ਲੱਗਾ, ਮੇਰਾ ਜਿਗਰ ਫੜ ਜਾਏਗਾ, ਕਸਮ ਚਾ ਕੇ ਦੱਸ, ਤੂੰ ਮੁਹੰਮਦ ਦਾ ਵੀਰ ਤੇ ਨਹੀਂ। ਪਹਿਲਾ ਸਵਾਲ ਇਹ ਦੱਸ, ਪਹਿਲਾ ਸਵਾਲ, ਤੂੰ ਨਬੀ ਤੇ ਨਹੀਂ, ਕੌਲ ਅੱਲਾ ਨਹੀਂ, ਤੂੰ ਕੋਈ ਫਰਿਸ਼ਤਾ? ਫਰਮਾਇਆ, ਨਹੀਂ। ਜਿੰਨ ਨਹੀਂ? ਕਹਿਣ ਲੱਗਾ, ਜਿਗਰ ਫੜ ਜਾਏਗਾ, ਕਸਮ ਉਠਾ ਕੇ ਦੱਸ, ਤੂੰ ਮੁਹੰਮਦ ਦਾ ਵੀਰ ਤੇ ਨਹੀਂ। ਫਰਮਾਇਆ, ਨਾਮ? ਹਾਂ। ਕਰੀਬ ਆ ਕੇ ਕੱਪੜਾ ਲਾ ਕੇ ਨਾ ਇਵੇਂ ਗੱਲ ਚ ਪਾ ਕੇ ਕਹਿਣ ਲੱਗਾ, ਮੇਰੇ 3 ਸਵਾਲ ਹੈ, ਮੇਰੇ ਵਾਕਿਦੁਨ ਇਸਨਾਨ
ਸਲਾਸਤਨ, 1 2 3, ਇੱਕ ਦੋ ਤਰੇ, 1 2 3, ਕੋਈ ਬੋਲੀ ਤੇ ਸਮਝ, ਮੇਰੇ 3 ਸਵਾਲ ਹਨ। ਉਹ 10, ਪਹਿਲੀ ਬਾਤ 10, ਮੇਰਾ ਨਾਂ ਕੀ ਹੈ? ਮੌਲਵੀਆਂ ਦਾ ਗੈਬ ਨਹੀਂ, ਇਹਨਾਂ ਦੀਆਂ ਡਾਚੀਆਂ ਵੀ 6ਵੀਂ ਜਮਾਤ ਚ ਲਿਖੇ ਆ। ਨਬੀ ਨੇ ਕਿਹਾ ਛੱਡ ਦਿਓ, ਇਹਨੂੰ ਪਤਾ ਅਨਸਾਰੀਆਂ ਦਾ ਬੂਆ ਕਿੱਥੇ ਹੈ ਨਾ ਲਿਖਿਆ। ਆ ਫਰਮਾਇਆ ਤੇ ਮੇਰਾ ਨਾਂ ਕੀ ਏ? ਮੁਸਕਰਾ ਕੇ ਫਰਮਾਇਆ ਤੇਰੇ ਨਾਂ ਦਾ ਪਤਾ, ਜਾਂ ਤੈਨੂੰ ਏ ਜਾਂ ਤੇਰੀ ਮਾਂ ਨੂੰ ਏ, ਕਹਿਣੂ ਪਤਾ ਨਹੀਂ, ਤੇਰਾ ਨਾਂ ਸ਼ਮੂਨ ਏ। ਜ਼ਮੀਨ ਤੇ ਬਹਿ ਕੇ ਕਦਮ ਚੁੰਮੇ, ਉੱਠ ਕੇ ਖੜਾ ਹੋਇਆ, ਕਹਿਣ ਲੱਗਾ ਇਸ ਚਸ਼ਮੇ ਦਾ ਨਾਂ ਕੀ ਏ? ਅੱਜ ਤੱਕ ਨਹੀਂ ਤੂੰ ਮੇਰੇ ਕੋਲ ਸੁਣਿਆ, ਮੁੱਦਤ ਹੋ ਗਈ। ਇਸ ਚਸ਼ਮੇ ਦਾ ਨਾਂ ਕੀ ਏ? ਮੁਸਕਰਾ ਕੇ ਮੇਰੇ ਮੌਲਾ ਨੇ ਫਰਮਾਇਆ, ਅਰੂਮਾ ਅਰੂਮਾ, ਅਲਫ ਰੇ ਵਾਓ ਮੀਮ ਅਲਫ ਮਾ, ਅਰੂਮਾ। ਕਹਿਣ ਲੱਗਾ ਅੱਛਾ, ਕਹਿਣ ਲੱਗਾ ਸਿਰਫ ਨਾਂ ਪੁੱਛੇ, ਇਹ ਨਹੀਂ ਪੁੱਛਿਆ ਵੀ ਚਸ਼ਮਾ ਕੀ ਏ, ਇਹ ਚਸ਼ਮਾ ਕੀ ਏ? ਅਲੀ ਕਾਇਨਾਤ ਦੇ ਮੌਲਾ ਨੇ ਫਰਮਾਇਆ, ਦੋ ਨਹਿਰਾਂ ਦੁਨੀਆਂ ਵਿੱਚ ਜਿਹੜੀਆਂ ਵਗਦੀਆਂ ਨੇ, ਦੁਨੀਆਂ ਦੀਆਂ ਹੈ ਹੀ ਨਹੀਂ, ਜੰਨਤ ਦੀਆਂ ਨੇ, ਇੱਕ ਫਰਾਤ ਤੇ ਦੂਜੀ ਨੀਲ, ਇਹ ਦੋਵੇਂ ਜੰਨਤ ਦੀਆਂ ਨਹਿਰਾਂ ਨੇ ਜਿਹੜੀਆਂ ਜ਼ਮੀਨ ਵਿੱਚ ਵਗਦੀਆਂ ਨੇ, ਇਹ ਚਸ਼ਮਾ ਵੀ ਦੁਨੀਆਂ ਦਾ ਨਹੀਂ ਜੰਨਤ ਦਾ ਹੈ, ਸਿਰਫ ਮੇਰੇ ਗੁਲਾਮਾਂ ਦੇ ਪੀਣ ਲਈ। ਹੁਣ ਪਤਾ ਲੱਗਈ, ਹੁਣ ਪਤਾ ਲੱਗਈ ਅਲੀ ਕੀ ਏ? ਫਰਮਾਇਆ ਰੂਮਾ ਚਸ਼ਮਾ, ਇਹ ਜੰਨਤ ਦਾ ਚਸ਼ਮਾ, ਇਹ ਤੁਹਾਨੂੰ ਇਸ ਤੋਂ ਬਾਅਦ। ਉਹਨੇ ਕਿਹਾ ਜੀ ਮੇਰਾ ਤੀਜਾ ਸਵਾਲ ਹੈ, ਕਿੰਨੇ ਔਸੀਆ ਨੇ ਇਹਦੇ ਚੋਂ ਪਾਣੀ ਪੀਤਾ? ਅਲੀ ਮੁਸਕਰਾ ਕੇ ਕਹਿਣ ਲੱਗੇ 312, ਤੇ ਮੈਂ 13ਵਾਂ ਵਾਂ, ਮੇਰੇ ਤੋਂ ਬਾਅਦ ਕਿਸੇ ਨਹੀਂ ਪੀਣਾ। ਉਹਨੇ ਕਿਹਾ ਕਿਵੇਂ, ਹੁਣ ਤੇ ਨੰਗਾ ਹੋ ਗਿਆ, ਹਰ ਕੋਈ ਪੀਵੇਗਾ? ਕਾਇਨਾਤ ਦੇ ਮੌਲਾ ਨੇ ਫਰਮਾਇਆ, ਪਾਣੀ ਭਰ ਲਿਆ, ਜਦੇ ਮਿੱਟੀ ਪਾਓ, ਇੱਕ ਦਫਾ 10 ਕਦਮ ਚੱਲੋ ਅੱਗੇ, ਫਿਰ ਲੱਭੋ ਚਸ਼ਮਾ। 10 ਕਦਮ ਚੱਲ ਕੇ ਧੱਕੇ ਖਾਣ, ਉੱਥੇ ਸੀ, ਇੱਥੇ ਸੀ, ਪੈਰਾਂ 'ਚ ਡਿੱਗ ਕੇ ਕਹਿਣ ਲੱਗਾ ਕਮਲਿਆ, ਇਹ ਪੀ ਇਹ ਮੌਲਾ ਕਾਇਨਾਤ, 20 ਨਸਲਾਂ ਮੇਰੀਆਂ ਮਰ ਗਈਆਂ ਇਸ ਕੁੱਲੀ 'ਚ, ਸਿਰਫ ਇਹ ਤੇਰੀ ਇੰਤਜ਼ਾਰ 'ਚ ਵੀ ਕੌਣ ਆ ਕੇ ਉਹ ਚਟਾਨ ਨੰਗੀ ਕਰੇਗਾ, ਤੇ ਮੇਰੇ ਮੁਕੱਦਰ 'ਚ ਤੂੰ ਸੈ, ਤੂੰ ਆ ਗਏ ਹੈ, ਤੇ ਉਹਨੂੰ ਹੱਥਾਂ 'ਚ ਹੱਥ ਦੇ ਕੇ ਰਾਹਬ ਨੂੰ ਕਲਮਾਂ 'ਤੇ ਬਣਾ ਦੇ। ਉਹ ਮੇਰੇ ਦੋਸਤੋ, ਮੇਰੇ ਸੱਜਣੋ, ਇਹ ਖਾਨਦਾਨ ਸਮਝ 'ਚ ਨਹੀਂ ਆਉਂਦਾ, ਤੁਸੀਂ ਇਸ ਆਸਥਾਨੇ 'ਤੇ ਆਇਓ, ਇਹ ਆਬਾਦ ਰਹੇ, ਮੌਲਾ ਦਾ ਜਸ਼ਨ ਸੁਣਿਆ ਜੇ, ਤੁਸੀਂ ਖੁਸ਼ ਰਹੋ, ਤੁਸੀਂ ਸ਼ਾਦ ਰਹੋ, ਇਹ ਕੁੱਲੀਆਂ ਆਬਾਦ ਰਹਿਣ, ਇਹ ਪੀਰਖਾਨੇ ਆਬਾਦ ਰਹਿਣ, ਇਸੇ ਤਰ੍ਹਾਂ ਹੀ ਜਸ਼ਨ ਮਨਾਉਂਦੇ ਰਹੋ। ਕਸਮ ਰੱਬ ਦੀ, ਖੁਸ਼ਕਿਸਮਤ ਹੋ ਤੁਹਾਨੂੰ ਇਹੋ ਜਿਹਾ ਪੀਰ ਮਿਲਿਆ ਜਿਹਦਾ ਜਸ਼ਨ 'ਤੇ ਮਨਾਇਆ ਜਾ ਸਕਦਾ ਨਾ। ਇਹ ਤੁਹਾਡੇ ਕੋਲ ਇਹੋ ਜਿਹਾ ਪੀਰ ਹੈ ਜਿਹਦਾ ਜਸ਼ਨ ਤੇ ਮਨਾਇਆ ਜਾ ਸਕਦਾ। ਔਰ ਹੁਣ ਇਹ ਲੱਗਾ ਮੈਂ ਉੱਠਣ, ਤੇ ਮੈਂ ਤੈਨੂੰ ਲੱਗਾ ਇੱਕ ਗੱਲ ਦੱਸਣ, ਔਰ ਇਹ ਘਰ ਜਾਂਦਿਆਂ ਤੱਕ ਤੂੰ ਕਹਿੰਦਾ ਜਾਏਗਾ, ਵਾਹ ਨਜ਼ਮ ਸ਼ਾਹ, ਵਾਹ ਨਜ਼ਮ ਸ਼ਾਹ। ਨਾ ਕਿਹਾ ਤੇ ਫਿਰ ਮੇਰੇ ਪੜ੍ਹਨ ਦਾ ਫਾਇਦਾ ਕੀ, ਲੇਕਿਨ ਫਿਕਰਾ ਸੁਣ ਕੇ ਮੈਂ ਹੁਣ ਇੱਥੇ ਬੈਠਾ। ਇਹ ਤੁਹਾਡੇ ਵਿੱਚ, ਤੁਹਾਡੇ ਪਿੰਡ 'ਚ ਕੋਈ ਕੰਮੀ ਬੰਦਾ ਸਵੇਰੇ ਉੱਠ ਕੇ ਇਹ 20 ਰੁਪਈਆਂ ਦੇ ਮਖਾਣੇ ਲੈ ਕੇ ਵੰਡਣੇ ਸ਼ੁਰੂ ਕਰ ਦੇ, ਨਾਲ ਹੀ ਨੱਚਣ ਲੱਗ ਪਵੇ, ਲੋਕੀ ਕਹਿਣਗੇ ਕੀ ਹੋਇਆ ਜੀ? ਉਹ ਕਹੇਗਾ ਮੈਨੂੰ ਕੁਝ ਨਹੀਂ ਹੋਇਆ, ਮੇਰੇ ਮਾਲਕਾਂ ਦੇ ਘਰ ਬੂਰੇ ਵਾਲੇ ਮੁੰਡਾ ਜੰਮਿਆ। ਗੱਲ ਨੂੰ ਸਮਝਿਆ ਜੀ, ਮੈਨੂੰ ਕੁਝ ਨਹੀਂ ਹੋਇਆ, ਮੇਰੇ ਮਾਲਕਾਂ ਦੇ ਘਰ ਮੁੰਡਾ ਜੰਮਿਆ, ਤੇ ਮੈਂ ਖੁਸ਼ੀ ਕਰਨ ਡਿਆ ਤੇ ਲੁੱਡੀਆਂ ਪਾਉਣ ਡਿਆ। ਬੰਦਾ ਹੁਣ ਤੁਰ ਪਵੇ ਬੂਰੇ ਵਾਲੇ ਤੇ ਜਾਏ ਉਹਨਾਂ ਦੇ ਘਰ ਮਾਲਕਾਂ ਦੇ, ਉਹਨੂੰ ਕਹੇ ਯਾਰ ਇਸ ਰੰਗ ਦਾ ਬੰਦਾ, ਇਸ ਸ਼ਕਲ ਦਾ ਬੰਦਾ, ਇਹ 95 ਚੱਕੇ 'ਚ ਬੜਾ ਨੱਚਣ ਡਿਆ ਸੀ,
ਤੇ ਨਾਲੇ ਜਲੀਆਂ ਪਾਣ ਡਿਆ ਸੀ, ਮੁੰਡਾ ਤੇ ਤੁਹਾਡੇ ਘਰ ਜੰਮਿਆ। ਤੇ ਜੇ ਮਾਲਕ ਚੰਗੇ ਹੋਣ ਨਾ ਵਫਾਦਾਰ, ਤੇ ਉਹ ਕਹਿਣਗੇ ਨੱਚੇ ਕਿਉਂ ਨਾ ਬੰਦਾ ਜੋ ਸਾਡਾ ਸੀ, ਨੱਚੇ ਕਿਉਂ ਨਾ ਬੰਦਾ ਜੋ ਸਾਡਾ ਸੀ, ਹੁਣ ਮੈਂ ਲੱਗਾ ਸਟੇਜ ਤੋਂ ਉੱਠਣ ਤੇ ਤੂੰ ਧਮਾਲ ਪਾਈ, ਨੱਚੇ ਕਿਉਂ ਨਾ ਬੰਦਾ ਜੋ ਸਾਡਾ ਸੀ। ਤੁਸੀਂ ਬੱਤੀਆਂ ਲਾਈਆਂ ਨੇ, ਤੁਸੀਂ ਟੂਪਾਂ ਲਾਈਆਂ ਨੇ, ਤੁਸੀਂ ਜਲੀਆਂ ਪਾਉਣ ਡਏ ਹੋ, ਹੁਣ ਤੁਹਾਡੇ ਜਾਣ ਤੋਂ ਬਾਅਦ ਫਰਿਸ਼ਤੇ ਜਾਣਗੇ ਫਾਤਿਮਾ ਬਿੰਤੇ ਅਸਦ ਰਜ਼ੀ ਅੱਲਾਹ ਤਾਲਾ ਅਨਹਾ ਦੀ ਕਬਰ ਤੇ ਕਿ ਮੈਂ 93 ਚੋਂ ਆਇਆ, ਬੰਦੇ ਨੱਚਣ ਡਏ ਸਨ ਤੇਰੇ ਪੁੱਤਰ ਦੇ ਸਿਖਰ ਤੇ, ਉਹਨਾਂ ਦਾ ਕੀ ਏ? ਜੇ ਅੰਮਾ ਨੇ ਕਹਿ ਦਿੱਤਾ ਨੱਚਣ ਕਿਉਂ ਨਾ ਬੰਦੇ ਨੂੰ ਸਾਡੇ ਸਨ, ਭਾਈ ਤਮਾਮ ਸਾਹਿਬਾਨ ਆਪੇ ਆਪਣੀ ਜਗ੍ਹਾ ਤੇ ਤਸ਼ਰੀਫ ਰੱਖੋ, ਲੰਗਰ ਪਾਕ ਦਾ ਇੰਤਜ਼ਾਮ ਹੈ, ਤਬਰਕ ਦਾ ਇੰਤਜ਼ਾਮ ਹੈ, ਲਿਹਾਜ਼ਾ ਜਿੱਥੇ